ਬੁਰਕੀ ਦੀ ਰੋਟੀ ਦੀ ਖਾ ਲਿਆ ਰੀਤ। ਰੀਤ ਪੁੱਤ! ਹਾਂਜੀ ਮੰਮੀ। ਪੁੱਤ ਰੋਟੀ ਦੀ ਬੁਰਕੀ ਵੀ ਖਾ ਲਾ, ਮੈਂ ਸਾਰਾ ਦਿਨ ਕੱਪੜੇ ਲੈ ਕੇ ਬੈਠੀ ਰਹਿੰਦੀ ਆ। ਬਸ ਮੰਮੀ ਟਾਈਮ ਨਾਲ ਰੋਟੀ ਰਾਟੀ ਖਾ ਲਿਆ ਕਰ। ਕੋਈ ਨਾ ਕੋਈ ਨਾ, ਆਪਾਂ ਇਕੱਠੀ ਖਾਵਾਂਗੇ ਰੋਟੀ। ਕਾਰ ਵਾਲਾ ਸੀਗਾ, ਮੈਂ ਕਿਹਾ ਚੱਲ ਫੜਾ ਦੂੰਗੀ ਅਗਲੀ ਦਾ। ਮੈਨੂੰ ਤਾਂ ਪੁੱਤ ਹਜੇ ਭੁੱਖ ਨੀ ਹੈਗੀ। ਲੈ ਤੁਹਾਨੂੰ ਭੁੱਖ ਨੀ, ਫਿਰ ਮੈਂ ਕਾਹਤੋਂ ਹਜੇ ਖਾਵਾਂ। ਮੈਨੂੰ ਐ ਲੱਗਦਾ ਵੀ ਤੂੰ ਐ ਨਾ ਕਹਿਦੀ ਵੀ ਜੇ ਮੇਰਾ ਬੰਦਾ ਨੀ ਇੱਥੇ ਤਾਂ ਮੇਰੀ ਸੱਸ ਮੈਨੂੰ ਭੁੱਖੀ ਮਾਰ ਦਦੀ ਆ, ਵੀ ਰੋਟੀ ਚਾਹ ਪਾਣੀ ਪੁੱਛਦੀ ਨੀ। ਪੁੱਤ ਮੈਂ ਰੋਟੀ ਬਣਾਤੀ, ਤੇਰੇ ਪਸੰਦ ਦੀ ਸਬਜ਼ੀ ਬਣਾਤੀ, ਆਲੂ ਚੌਲਿਆਂ ਦੀ ਸਬਜ਼ੀ ਹੈਗੀ। ਪਸੰਦ ਦੇ ਨੂੰ ਕੀ ਸੀਗਾ, ਚਲ ਹੈਗੀ ਸੀ ਖਾ ਲੈਣੀ ਸੀ ਆਪਾਂ। ਤੇ ਤੂੰ ਰੋਟੀ ਖਾ ਲੈ, ਮੈਂ ਹੁਣ ਬਿੰਦ ਦਮ ਲੈ ਲਾਂ, ਰਸੋਈ ਦਾ ਤਾਂ ਮੈਂ ਕਰਿਆ ਹੀ ਕੰਮ ਸਾਰਾ। ਰੋਟੀ ਤਾਂ ਆਪਾਂ ਇਕੱਠੀ ਖਾਵਾਂਗੇ। ਖਾਂਦੀ ਨੀ? ਹਜੇ ਨੀ ਖਾਂਦੀ। ਫਿਰ ਧਰ ਦੇ ਪਰੇ, ਕਿਉਂ ਅੱਖਾਂ ਤੋਂ ਬਹਿ ਜਾਏਂਗੀ? ਇਹ ਮੰਮੀ ਸਾਰਾ ਦਿਨ ਮੱਥਾ ਮਾਰੀ ਜਾਂਦੀ ਰਹਿੰਦੀ ਆ। ਨਹੀਂ ਨਹੀਂ ਅੱਖਾਂ ਤੋਂ ਨੀ ਮੈਂ ਬਹਿੰਦੀ ਹੈਗੀ, ਨਾਲੇ ਮੇਰੀ ਗੱਲ ਸੁਣੋ, ਇਹ ਕਿਹੜਾ ਆਪਾਂ ਕਿਸੇ ਵਾਸਤੇ ਕਰਦੇ ਆ, ਆਪਣੇ ਵਾਸਤੇ ਕਰਦੇ ਆ। ਲੈ ਪੁੱਤ ਅੱਖੇ ਆਪਣੇ ਹੱਥ ਕਰਦੇ ਆ, ਇੰਨੀ ਗਰੀਬੀ ਸੀ ਪਹਿਲਾਂ, ਮੈਂ ਤਾਂ ਉਦੋਂ ਮੱਥਾ ਨੀ ਮਾਰਿਆ ਪੁੱਤ, ਆ ਹੁਣ ਤਾਂ ਫੇਰ ਵੀ ਥੋੜੀ ਹੋਈ ਰਹਿ ਗਈ ਗਰੀਬੀ ਆਪਣੇ ਤੇ, ਕਿਤੇ ਵਧੀਆ ਦਿਨ ਆ ਜਾਣਗੇ ਕਿਸੇ ਦਿਨ ਨੂੰ, ਮਾੜੇ ਮੋਟੇ ਉਹਦੀ ਬਦਲੀ ਹੋ ਜਾਣੀ ਏੜੇ ਤੇੜੇ, ਆ ਬਥੇਰੇ ਪੈਸੇ ਡਿੱਗਿਆ ਕਰਨਗੇ ਪੁੱਤ। ਆ 3 ਸਾਲਾਂ ਦੀ ਤਾਂ ਗੱਲ ਹੈ, ਜਦੋਂ ਪੱਕਿਆਂ ਚ ਹੋ ਗਿਆ ਅਗਰੀ ਦਾ ਪੈਸਾ ਡਿੱਗੂ, ਦਿਨਾਂ ਚ ਕਿਸਮਤ ਬਦਲ ਜੂਗੀ ਆਪਣੀ। ਹਾਂਜੀ ਮੰਮੀ ਇਹ ਤਾਂ ਹੈਗਾ, ਤੁਸੀਂ ਆਰਾਮ ਕਰ ਲਓ, ਪਹਿਲੀ ਥੱਕੇ ਹੋਏ ਹੋ। ਮੈਂ ਨਾ ਪੁੱਤ ਗੈਸ ਦੇ ਦੁੱਧ ਧਰ ਕੇ ਮੈਂ ਉਹ ਦੇਖਿਆ ਵਾ, ਨਿਕਲ ਵੀ ਨਾ ਜਾਵੇ ਕਿਤੇ। ਹੋਰ ਮੈਂ ਤਾਂ ਭੁੱਲੇ ਗਈ ਸੀ, ਕਹਿਣ ਤਾਂ ਤੈਨੂੰ ਰੋਟੀ ਵੀ ਆਈ ਸੀ, ਮੈਂ ਤਾਂ ਇਕੱਲੀ ਲੱਗ ਗਈ ਤੇਰੇ ਨਾਲ। ਕੋਈ ਨਾ ਮੰਮੀ ਦੇਖ, ਬਾਲਾਂ ਨਾਲ ਮੱਥਾ ਮਾਰ ਧਰ ਤੇ ਚੱਕ ਕੇ। ਹਾਂਜੀ ਹਾਂਜੀ, ਬਸ ਮੈਂ ਵੀ ਆਰਾਮ ਕਰੂੰਗੀ ਰੋਟੀ ਖਾ ਕੇ। ਓਹੋ ਆ ਤਾਂ ਬਹੁਤ ਮਾੜਾ ਹੋ ਗਿਆ, ਇਹ ਤਾਂ ਜੱਗੋ ਤਿਆਰ ਵੀ ਹੋ ਗਈ, ਮਾਸੀ ਨੂੰ ਦੱਸਦਾ ਜਾ ਕੇ। ਮਾਸੀ, ਓ ਮਾਸੀ! ਕਰਮਜੀਤ ਕੀ ਹੋ ਗਿਆ, ਕੀ ਹੋ ਗਿਆ ਕਰਮਜੀਤ? ਓ ਮਾਸੀ ਕੀ ਹੋ ਗਿਆ, ਇੰਨਾ ਘਬਰਾਇਆ ਜਾਣਾ? ਮਾਸੀ ਮੈਂ ਕਹਿੰਦਾ ਹਾਂ ਕੀ, ਹੱਥ ਕੰਮੀ ਜਾਂਦੇ ਨੇ ਤੇਰੇ, ਕੀ ਹੋ ਗਿਆ ਘਰੇ ਖੈਰ? ਓ ਮਾਸੀ ਉਹ ਮੁੰਡਾ ਨਹੀਂ ਸੀ ਆਪਣਾ ਲੱਕੀ? ਹਾਂ ਕੀ ਹੋਇਆ ਲੱਕੀ ਨੂੰ, ਉਹ ਸ਼ਹਿਰ ਗਿਆ ਗਾ? ਹੁਣ ਤਾਂ ਠੀਕ ਆ ਮਾਸੀ, ਗੱਲ ਕਰਨਾ, ਉੱਥੇ ਇਕੱਠ ਹੋ ਰਿਹਾ ਸੀਗਾ ਨਹਿਰ 'ਚ, ਤੇ ਹੋਰ ਉਹ ਗੋਤਾਖੋਰ ਜੇ ਬੁਲਾਏ ਹੋਏ ਨੇ। ਹੁਣ ਹੋ ਕੀ ਗਿਆ ਮੈਨੂੰ ਐਂ ਤਾਂ ਦੱਸ ਦੇ। ਹੋਣਾ ਕੀ ਸੀ ਮਾਸੀ, ਪਤਾ ਨਹੀਂ ਉਹਨੂੰ ਕੋਈ ਫੇਟ ਮਾਰ ਗਿਆ, ਪਤਾ ਨਹੀਂ ਕੋਈ ਚੱਕਰ ਚੁੱਕਰ ਆ ਕੇ ਨਹਿਰ 'ਚ ਡਿੱਗ ਪਿਆ, ਉਹਦਾ ਮਿਲਿਆ ਨਹੀਂ, ਉਹਦਾ ਮੋਟਰਸਾਈਕਲ ਮਿਲ ਗਿਆ। ਹੁਣ ਲੱਕੀ ਨਹਿਰ 'ਚ ਡਿੱਗ ਗਿਆ, ਮੇਰਾ ਪੁੱਤ ਨਹਿਰ 'ਚ ਡਿੱਗ ਗਿਆ, ਮੇਰੇ ਪੁੱਤ ਨੂੰ ਉਹ ਮਾਸੀ ਕੀ ਹੋ ਗਿਆ ਮੇਰੇ ਪੁੱਤ? ਉਹ ਮਾਸੀ ਤੂੰ ਆਪ ਲਾ ਰੱਖ, ਕਿਵੇਂ ਹੋ ਰਿਹਾ ਰੱਖਾ ਮੇਰਾ ਪੁੱਤ? ਉਹ ਮੇਰੀ ਮਾਸੀ ਗੱਲ ਤਾਂ ਸੁਣ ਲੈ, ਉਹ ਤਾਂ ਤਾਏ ਵਰਗੇ ਸੀ, ਉਹਨਾਂ ਨੇ ਦੇਖ ਲਿਆ ਦੂਰੋਂ ਕਿਤੇ, ਤੂੰ ਹੌਸਲਾ ਰੱਖ, ਮੈਂ ਵੀ ਜਾਣਾ ਉੱਥੇ, ਮੈਂ ਤਾਂ ਸੋਚਿਆ ਮਾਹਾਂ ਪਹਿਲਾਂ ਮਾਸੀ ਨੂੰ ਦੱਸ ਕੇ ਆਵਾਂ। ਤੂੰ ਆਉਣੇ ਨਹੀਂ ਸੀ ਉੱਥੋਂ? ਓਹੋ ਕੋਈ ਨਹੀਂ ਮਾਸੀ, ਮੈਂ ਦੇਖਦਾ, ਕੋਈ ਨਹੀਂ, ਤੂੰ ਘਬਰਾਈ ਨਾ ਮਾਸੀ। ਓਹੋ ਪਤਾ ਹੋ ਗਿਆ ਪਤਾ ਹੋ ਗਿਆ, ਓਹੋ ਤਾਂ ਦੱਸਿਆ ਭਈ ਕੀ ਹੋਇਆ ਵੀਰੇ? ਉਹ ਕੁਛ ਨਹੀਂ ਭਾਈ, ਤੂੰ ਐ ਕਰ ਆਪਦੀ ਨਾ ਮਾਂ ਨੂੰ ਸਮਝਾ ਕੇ, ਉਹ ਘਬਰਾਈ ਬੈਠੀ ਆ, ਕੁਛ ਨਹੀਂ। ਓਹੋ ਹਾਏ ਰੱਬਾ, ਮੰਮੀ ਕੀ ਹੋ ਗਿਆ, ਕੀ ਹੋਇਆ ਮੰਮੀ, ਮੰਮੀ ਕੀ ਹੋ ਗਿਆ, ਰੋਈ ਕਾਹਤੋਂ ਜਾਨੀ ਆ? ਤੂੰ ਕੀ ਨੀ ਹੋਇਆ, ਆਪਣੀ ਤਾਂ ਤੁਣੀਆਂ ਉਚੜ ਗਈ, ਗੱਲ ਤਾਂ ਦੱਸ ਕੀ ਹੋਈ ਹੈ, ਰੋਈ ਕਾਹਤੋਂ ਜਾਨੀ ਆ ਤੂੰ? ਤੇਰਾ ਭਾਈ ਨਹਿਰ 'ਚ ਡਿੱਗ ਗਿਆ ਮੋਟਰਸਾਈਕਲ। ਹਾਏ ਕਿਵੇਂ? ਪਤਾ ਨੀ ਕਰਮਜੀਤ ਆਇਆ ਸੀਗਾ, ਕੀ ਪਤਾ ਮੰਮੀ ਉਹ ਝੂਠ ਬੋਲਦੇ ਹੋਣ, ਕੋਈ ਹੋਰ ਡਿੱਗ ਗਿਆ ਹੋਵੇ। ਨਹੀਂ ਧੀਏ, ਤੇਰਾ ਭਾਈ ਕਿਤੇ ਝੂਠ ਨੀ ਬੋਲਦਾ, ਜਿਹੜੀ ਨਹਿਰ ਕੋਲੇ ਖੇਤ ਨੇ ਜਿਨ੍ਹਾਂ ਨੇ ਉਹਨੇ ਅੱਖੀ ਦੇਖਿਆ, ਉਹ ਕਹਿੰਦੇ ਉਹਨਾਂ ਦਾ ਮੁੰਡਾ ਹੀ ਸੀ, ਉਹਨਾਂ ਨੂੰ ਆਪਣੇ ਮੋਟਰਸਾਈਕਲ ਦੀ ਸਿਆਣ ਸੀ।
ਕਹਿੰਦੇ ਉਹਨਾਂ ਦੇ ਮੁੰਡਾ ਸੀ ਪੁੱਤ, ਉਹ ਕਿਵੇਂ ਝੂਠ ਬੋਲਣਗੇ ਖੇਤ ਵਾਲੇ ਜਿਨ੍ਹਾਂ ਨੇ ਆਪਦੇ ਅੱਖਾਂ ਨਾਲ ਦੇਖਿਆ। ਚੱਲ ਕੋਈ ਨਾ ਮੰਮੀ, ਤੂੰ ਰੋਣਾ ਚੱਲ ਚੱਲ, ਤੂੰ ਮੇਰੇ ਨਾਲ ਉੱਥੇ ਚੱਲ ਬਾਹਰ, ਚੱਲ ਖੜੀ ਹੋ, ਚੱਲ ਮੰਮੀ ਉੱਠੋ, ਚੱਲ ਲੈ ਮੰਮੀ ਤੂੰ ਪਾਣੀ ਪੀ, ਰੋਈ ਕਾਹਤੋਂ ਜਾਂਦੀ ਆ, ਲੈ ਫੜ ਪਾਣੀ ਪੀ, ਲੈ ਫੜ ਪਾਣੀ, ਕਿਹੜਾ ਪਾਣੀ, ਜਿਹਨੇ ਮੇਰੇ ਪੁੱਤ ਦੀ ਜਾਨ ਲੈ ਲਈ। ਚੁੱਪ ਕਰ ਜਾ ਮੰਮੀ, ਮੰਮੀ ਚੁੱਪ ਕਰ ਜਾ, ਪੁੱਤ ਤੇਰੇ ਬਾਈ ਨੂੰ ਵੀ ਕਿੰਨਾ ਚਿਰ ਹੋ ਗਿਆ ਕੇ ਗਏ ਨੂੰ, ਹੁਣ ਕਿਉਂ ਨੀ ਮੈਨੂੰ ਕੋਈ ਖਬਰ ਸਬਰ ਦਿੱਤੀ। ਚੱਲ ਕੋਈ ਨਾ ਮੰਮੀ, ਤੂੰ ਨਾ ਭਾਬੀ ਨੂੰ ਨਾ ਦੱਸੀ, ਪੁੱਤੇ ਗੱਲਾਂ ਨਾ ਕਿਤੇ ਵੀ ਲੁਕੀਆਂ ਨੀ ਰਹਿੰਦੀਆਂ ਹੁੰਦੀਆਂ, ਉਹਨਾਂ ਨੂੰ ਘੰਟੇ ਨੂੰ ਤਾਂ ਪਤਾ ਲੱਗ ਹੀ ਜਾਊਗਾ। ਕੋਈ ਨਾ ਜਦੋਂ ਪਤਾ ਲੱਗ ਜਾਊ ਦੇਖੀ ਜਾਊ, ਪਰ ਤੂੰ ਭਾਬੀ ਕੋਲ ਹਜੇ ਗੱਲ ਨਾ ਕਰੇ, ਐਵੇਂ ਉਹ ਟੈਨਸ਼ਨ ਲਊਗੀ। ਤੇ ਨਾਲੇ ਤੂੰ ਰੋਣਾ ਹੁਣ ਚੁੱਪ ਕਰ ਜਾ, ਰੋਣਾ ਤਾਂ ਧੀਏ ਮੱਲੋ ਮੱਲੀ ਆਉਂਦਾ, ਜਿਹੜੇ ਪੁੱਤ ਨਹਿਰਾਂ ਚ ਡਿੱਗ ਜਾਣ ਮੁੜ ਕੇ ਕਿਤੇ ਉਹਨਾਂ ਦੀਆਂ ਲਾਸਾਂ ਨੀ ਮਿਲੀਆਂ। ਮੰਮੀ ਤੂੰ ਨਾ ਉਹਦਾ ਦਿਲ ਹੌਲਾ ਨਾ ਕਰ, ਕੀ ਪਤਾ ਉਹ ਵੀਰਾ ਨਾ ਹੋਵੇ, ਕੋਈ ਹੋਰ ਹੀ ਹੋਵੇ। ਉਹਨੂੰ ਕੀ ਦੁੱਖ ਹੋਣਾ ਧੀਏ, ਜਿਹਨੇ ਏਡਾ ਵੱਡਾ ਲੁੱਕ ਰੱਖਿਆ, ਜਾ ਕੇ ਆਪਣੀ ਜਾਨ ਖੁਪਾਤੀ ਨਹਿਰ ਚ ਮਾਰੀ ਸਾਲ, ਪੁੱਤਾ ਮੋਟਰਸਾਈਕਲ ਤਾਂ ਮਿਲ ਗਿਆ, ਪੁੱਤੀ ਲਾਸ਼ ਕਿਉਂ ਨੀ ਮਿਲੀ, ਮਾਂ ਕਿਵੇਂ ਜਰੂਗੀ। ਚੱਲ ਕੋਈ ਨਾ ਮੰਮੀ, ਉਹੀ ਤਾਂ ਹੁਣ ਮੈਨੂੰ ਸਮਝ ਨੀ ਆਉਂਦੀ ਵੀ ਆਪਣੇ ਇੰਨਾ ਇਤਿਹਾਸ ਦਾ ਖੇਡਦਾ ਪਰਿਵਾਰ ਸੀ, ਵੀਰਾ ਨੂੰ ਕੀ ਕੀ ਹੋਇਆ ਸੀ, ਕੀ ਲੋੜ ਪਈ ਸੀ। ਮੈਨੂੰ ਨੀ ਲੱਗਦਾ ਵੀ ਉਹ ਵੀਰਾ ਹੋਊਗਾ, ਕਿ ਜਰੂਰ ਗਲਤ ਫਹਿਮੀ ਹੋਈ ਆ ਉਹਨਾਂ ਨੂੰ, ਰੱਬ ਜਾਣੇ ਨਾ ਕੋਈ ਹੋਰ ਹੋਵੇ, ਮੇਰਾ ਪੁੱਤ ਨਾ ਹੋਵੇ, ਉਹ ਝੂਠੀ ਗੱਲ ਨਿਕਲ ਜੇ। ਇਹ ਮੈਨੂੰ ਵੀ ਵੀਰਾ ਮੰਮੀ ਐ ਕਹਿੰਦਾ ਸੀ, ਕਹਿੰਦਾ ਮੈਂ ਤੈਨੂੰ ਸੂਟ ਦਵਾ ਕੇ ਲੈ ਕੇ ਆਊਂਗਾ, ਸਾਰੇ ਅਨੁਮਾਨ ਵਿੱਚ ਹੀ ਰਹਿ ਗਏ ਵੀਰੇ ਦੇ ਤਾਂ। ਕੀ ਕਰੇ ਧੀਏ, ਚਾਹ ਤਾਂ ਬਥੇਰਾ ਸੀ ਉਹਨੂੰ, ਪਤਾ ਨੀ ਚੰਦਰੀ ਦੇ ਘਰ ਨੂੰ ਕਿਹਦੀ ਨਜ਼ਰ ਲਾ ਕੇ, ਮੇਰੇ ਤਾਂ ਪੁੱਤ ਨੂੰ ਲੈ ਲਿਆ ਸੀ ਚੰਦਰੀ ਨਜ਼ਰ ਨੇ। ਹਜੇ ਤੱਕ ਮੰਮੀ ਕਰਮਜੀਤ ਵੀਰਾ ਵੀ ਨੀ ਆਇਆ ਹੈਗਾ, ਕੁਛ ਕੁਛ ਦੱਸ ਕੇ ਉਹਨੂੰ, ਪਤਾ ਨੀ ਕਿੱਥੇ ਆਊਗਾ ਵੀਰਾ, ਕਿੱਥੇ ਨਾ ਆਊਗਾ। ਮੈਨੂੰ ਲੱਗਦਾ ਕਰਮਜੀਤ ਝੂਠ ਬੋਲ ਗਿਆ, ਮੈਂ ਸੱਚੀ ਮੇਰਾ ਪੁੱਤ ਸੀਗਾ। ਹਾਂ ਹਾਂ ਠੀਕ ਆ ਵੀਰੇ, ਠੀਕ ਆ ਠੀਕ ਆ, ਦੱਸ ਦਿੰਦੀ ਹਾਂ। ਮੰਮੀ ਮੰਮੀ ਖੜੀ ਹੋ, ਕੀ ਹੋ ਗਿਆ? ਖੜੀ ਤਾਂ ਹੋ, ਦੱਸਦੀ ਆ। ਦੱਸ ਪੁੱਤ ਕੀ ਹੋ? ਉਹਨਾਂ ਕਰਮਜੀਤ ਵੀਰੇ ਦਾ ਨਾ ਫੋਨ ਆਇਆ ਸੀ। ਕੀ ਕਹਿੰਦਾ? ਉਹ ਕਹਿੰਦਾ ਵੀਰਾ ਕਿਤੋਂ ਨੀ ਮਿਲਿਆ, ਲਾਸ਼ ਕਿਤੋਂ ਨੀ ਮਿਲੀ ਹੈਗੀ ਉਹਦੀ। ਕਿਤੇ ਮਿਲਿਆ ਨੀ, ਕਿਤੋਂ ਨੀ ਮਿਲੀ ਹੈਗੀ ਲਾਸ਼, ਪਤਾ ਨੀ ਵੀਰਾ ਕਿੱਥੇ ਹੋਊਗਾ, ਤੂੰ ਸੁੱਤੀ ਪਈ ਆ ਗੀ ਇੱਥੇ। ਪੁੱਤ ਕਿਹੜਾ ਸੋਣਾ, ਮੈਂ ਤਾਂ ਚਿੱਤ ਨੂੰ ਨਾ ਬੜਾ ਚੁਬੜੇ ਚ ਲੱਗੀ ਪਈ ਸੀ, ਬਸ ਬੈਠੀ ਬੈਠੀ ਇੱਥੇ ਆਈ ਟੇਢੀ ਜੀ ਹੋ ਗਈ। ਹੁਣ ਫਿਰ ਕਿਵੇਂ ਕਰੀਏ, ਹੁਣ ਨਾ ਮੰਮੀ ਭਾਬੀ ਨੂੰ ਤਾਂ ਦੱਸਣਾ ਹੀ ਪਊਗਾ ਸਾਰਾ ਕੁਛ। ਤੇ ਮੇਰੇ ਚ ਹਿੰਮਤ ਨੀ ਹੈਗੀ ਦੱਸਣ ਦੀ, ਤੇਰੀ ਭਾਬੀ ਨੂੰ ਤਾਂ ਤੂੰ ਹੀ ਦੱਸ ਦੇ। ਚੱਲ ਠੀਕ ਆ ਮੰਮੀ, ਮੈਂ ਭਾਬੀ ਨਾਲ ਗੱਲ ਕਰਦੀ ਆ, ਹੁਣ ਉਹਨੂੰ ਵੀ ਦੱਸਣਾ ਤਾਂ ਪਊਗਾ ਹੀ। ਚੱਲ ਮੰਮੀ ਤੂੰ ਚੁੱਪ ਕਰ ਜਾ। ਦੇਖੀ ਅੱਜ ਪੂਰਾ ਦਿਨ ਲੰਘ ਗਿਆ, ਫੋਨ ਹੀ ਨੀ ਕੀਤਾ ਹੈਗਾ, ਮੈਨੂੰ ਕਹਿੰਦਾ ਸੂਟ ਤਿਆਰ ਕਰਕੇ ਰੱਖ ਲਈ ਤੇ ਤੈਨੂੰ ਫਿਲਮ ਦਿਖਾ ਕੇ ਲੈ ਕੇ ਆਊਂਗਾ। ਹਾਂ ਕੀ ਕਰੀ ਜਾਂਦੇ ਤੁਸੀਂ? ਕੁਛ ਨੀ, ਮੈਂ ਆਹ ਬਸ ਆ ਦੇੜ ਦਾ ਮੜਾ ਕੱਚਾ ਕੀਤਾ ਹੋਇਆ। ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ। ਲੈ ਕੀ ਹੋ ਗਿਆ ਜੋਤੀ?
ਸਾਰਾ ਟੱਬਰ ਫਿਲਮ ਦੇਖ ਕੇ ਆਵਾਂਗੇ, ਤਿਆਰ ਹੋ ਜੀ ਨਾਲੇ ਤੂੰ ਟਾਈਮ ਨਾਲ, ਠੀਕ ਆ? ਕੀ ਹੋ ਗਿਆ ਤੈਨੂੰ, ਕੋਈ ਖੁਸ਼ੀ ਖੁਸ਼ੀ ਨੀ ਹੈਗੀ? ਮੈਂ ਨਾ ਤੁਹਾਨੂੰ ਐ ਕਹਿੰਦੀ ਸੀ ਵੀਰਨ, ਕੀ ਵੀਰਾ ਵੀਰਾ ਲਈ ਜੋ ਤੇ ਮੈਨੂੰ ਗੱਲ ਦੱਸ ਦੇ, ਫੋਨ ਆਇਆ ਵੀਰੇ ਦਾ ਵੀ ਜਾਣਾ ਨੀ? ਲੈ ਰੋਣੀ ਕਿਉਂ, ਮੈਨੂੰ ਗੱਲ ਦੱਸ ਦੇ ਸਾਫ਼ ਸਾਫ਼। ਇੱਕ ਤਾਂ ਭਾਬੀ ਐਡਾ ਵੱਡਾ ਦੁੱਖ ਆ ਗਿਆ, ਉੱਤੋਂ ਦੀ ਤੂੰ ਵੀ ਮੈਨੂੰ ਉੱਚੀ ਉੱਚੀ ਬੋਲੀ ਜਾਂਦੀ ਆ ਗੀ। ਦੁੱਖ ਆ ਗਿਆ? ਕਿਹੜਾ ਦੁੱਖ ਆ ਗਿਆ, ਮੈਨੂੰ ਗੱਲ ਦੱਸ ਦੇ ਜੋ ਤੇ ਸਾਫ਼ ਸਾਫ਼ ਦੱਸ ਦੇ। ਭਾਬੀ ਉਹ ਨਾ ਵੀਰਾ ਨਾ ਰਾਹ ਚ ਨਾ ਆਈ ਜਾਂਦਾ ਸੀਗਾ, ਨਹਿਰ ਚ ਉਹਨੇ ਨਾ ਛਾਲ ਮਾਰੀ ਵੀਰੇ ਨੇ। ਛਾਲ ਮਾਰੀ? ਐਂ ਕਿਵੇਂ ਛਾਲ ਮਾਰੀ? ਪਤਾ ਨੀ, ਉਹ ਨਾ ਕਰਮਜੀਤ ਵੀਰਾ ਆਇਆ ਸੀ ਘਰੇ, ਉਹ ਕਹਿੰਦਾ ਵੀ ਨਹਿਰ ਚ ਮੋਟਰਸਾਈਕਲ ਤਾਂ ਮਿਲ ਗਿਆ ਪਰ ਵੀਰੇ ਦੀ ਲਾਸ਼ ਨੀ ਮਿਲੀ ਹੈਗੀ। ਇਹਦਾ ਮਤਲਬ ਤੇਰਾ ਵੀਰਾ? ਚੱਲ ਕੋਈ ਨਾ ਭਾਬੀ, ਤੂੰ ਚੁੱਪ ਕਰ ਜਾ, ਚੁੱਪ ਕਰ ਤੂੰ ਕੋਈ ਨਾ। ਕਿਵੇਂ ਚੁੱਪ ਕਰ ਜਾ ਜੋਤੀ, ਆਪਣਾ ਤਾਂ ਘਰ ਹੀ ਉੱਜੜ ਗਿਆ। ਚੱਲ ਕੋਈ ਨਾ ਭਾਬੀ, ਤੂੰ ਚੁੱਪ ਕਰ ਜਾ, ਟੈਨਸ਼ਨ ਨਾ ਲੈ ਕੋਈ ਨਾ, ਹੁਣ ਤਾਂ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤਾਂ ਭਾਬੀ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਦੱਸਣਾ ਪਊਗਾ। ਹਾਂ ਜੋਤੀ, ਮੰਮੀ ਹੋਣਾ ਨੂੰ ਵੀ ਫੋਨ ਕਰ ਦੇ, ਮੇਰੇ ਚ ਹਿੰਮਤ ਨੀ ਹੈਗੀ ਮੈਂ ਕਿਸੇ ਨਾਲ ਗੱਲ ਕਰ ਸਕਾਂ। ਹਾਂ ਤੇਰੇ ਪੋਤੇ ਆਟਾ ਵਾਲੇ ਮਾੜਾ ਕੰਮ ਹੋਇਆ ਪੁੱਤ, ਨਹੀਂ ਮੈਨੂੰ ਤਾਂ ਜਦੋਂ ਪਤਾ ਲੱਗਿਆ ਹਨੇਰੀ ਆ ਗਈ, ਮੈਂ ਕਹਿੰਦੀ ਆ ਤਾਂ ਏਡਾ ਮਾੜਾ ਕੰਮ ਹੋਇਆ ਕਿਸੇ ਨਾਲ, ਅਸੀਂ ਕੀ ਗੱਲ ਬਣ ਗਈ ਪੁੱਤ, ਹੈ ਰੋਜ਼ ਤਾਂ ਕੁਛ ਨੀ ਬਣਦਾ ਪੁੱਤ, ਮੈਨੂੰ ਗੱਲ ਦੱਸ ਕੀ ਬਣੀ ਹੈ, ਕਿਵੇਂ ਹੋਇਆ? ਤਾਈ ਕੰਮ ਤੇ ਆਉਂਦਾ ਸੀ ਘਰੇ। ਅੱਛਾ। ਅੱਗ ਲੱਗਣਾ ਪਤਾ ਨੀ ਕਾਹਦੇ ਚ ਵੱਜਿਆ, ਉਖਲੀ ਚ ਵੱਜਿਆ ਪਤਾ ਨੀ ਕਾਹ ਚ, ਮੋਟਰਸਾਈਕਲ ਬੁੜਕ ਕੇ ਨਹਿਰ ਚ ਵੱਜਿਆ, ਵਿੱਚ ਡਿੱਗ ਪਿਆ, ਵਿੱਚ ਗਿਰ ਗਿਆ। ਤੇ ਫਿਰ ਕੋਈ ਹੈ ਨਹੀਂ ਸੀ ਕੋਲ, ਕੱਢ ਲੈਂਦੇ ਪੁੱਤ ਉਦੋਂ, ਕੋਈ ਮੌਕੇ ਤੇ ਕਿਹੜਾ ਹੁੰਦਾ। ਤੈਨੂੰ ਪਤਾ ਹੈ ਤਾਈ ਉਦੋਂ ਉੱਥੇ ਕੌਣ ਹੁੰਦਾ ਤੁਰਤ ਤੇ, ਜਦੋਂ ਡਿੱਗ ਗਿਆ ਖੇਤਾਂ ਵਾਲੇ ਭੱਜੇ, ਤੇ ਆਪਣਾ ਕਰਮਜੀਤ ਬਥੇਰਾ, ਤੈਨੂੰ ਪਤਾ ਆਪਣੀ ਇਹ ਨਹਿਰ ਤਾਂ ਬੰਦੇ ਖਾਣੀ ਹੈ ਬਹੁਤ ਅੱਗੇ, ਫਿਰ ਬਾਹਰ ਨੁਕਸਾਨ ਹੋਇਆ, ਇੱਥੇ ਤਾਂ ਇਹੀ ਗੱਲ ਹੈ ਪੁੱਠਾ ਰਾਹ ਹੈ। ਕਿੱਥੇ ਤੈਨੂੰ ਪਤਾ ਮੁੜ ਕੇ ਇੱਥੇ ਆਉਂਦਾ ਹੈ, ਮੋਟਰਸਾਈਕਲ ਤਾਂ ਉਹੀ ਗੱਲ, ਅੱਗ ਲੱਗਣਾ ਇੱਥੇ ਆ ਗਿਆ। ਮੋਟਰਸਾਈਕਲ ਕਿਸੇ ਚ ਮਾਰਨਾ ਹੈ ਲੋੜ ਤਾਂ, ਪਰ ਮੋਟਰਸਾਈਕਲ ਤਾਂ ਹੋਰ ਵੀ ਲਿਆ ਜਾਂਦਾ, ਬੰਦਾ ਨਹੀਂ ਮਿਲਦਾ ਪੁੱਤ ਕਿਤੇ। ਤਾਈ ਸਾਰੀ ਨਹਿਰ ਪਤ ਪਤ ਕਰਕੇ ਭਾਲ ਲਈ ਉਹਨਾਂ ਨੇ, ਗੋਤੇ ਜ ਲਾਉਣ ਵਾਲੇ ਵੀ ਬੁਲਾ ਲਏ, ਉਹਦੀ ਘਟੀ ਸੀ ਤਾਈ ਵਧੀ ਨਹੀਂ ਸੀ। ਹੱਲ ਦੇ ਨਾਲ ਪੁੱਤ ਫਿਰ ਕਹਾਂ ਹੀ ਲੰਘ ਗਿਆ, ਇੱਕ ਮਿੰਟ ਦਾ ਮੁੰਜੇ ਢਿੱਗਣ ਸਾਰੀ ਉਹ ਜੋ ਵਜਣ ਦੇ ਨਾਲ, ਪਤਾ ਹੀ ਨਹੀਂ ਲੱਗਿਆ ਤਾਈ, ਜਿਵੇਂ ਪਤਾ ਹੁੰਦਾ ਤਾਂ ਉਹੀ ਗੱਲ ਉੱਥੋਂ ਹੌਲੀ ਕਰ ਲਾਦਾ, ਹੁਣ ਤਾਂ ਉਹੀ ਗੱਲ ਤਾਈ ਰੱਬ ਨੂੰ ਪਤਾ ਹੈ ਉਹਦੇ ਦਿਲ ਚ ਕੀ ਬੁਰਾ ਵਸਿਆ, ਸਾਲ ਮਾਰੀ ਆ ਜਾਂ ਡਿੱਗ ਡੁੱਗ ਪਿਆ। ਘਰੇ ਕੋਈ ਲੜ ਬੁੜ ਕੇ ਤਾਂ ਨੀ ਗਿਆ ਸੀ ਪੁੱਤ ਘਰ? ਨਾ ਨਾ ਤਾਈ, ਲੜਿਆ ਤਾਂ ਕਦੇ ਹੈ ਹੀ ਨੀ ਸੀਗਾ। ਕਈ ਵਾਰੀ ਹੁੰਦਾ ਆਪਣੇ ਕੋਈ ਭਾਈ ਮਾੜਾ ਮੋਟਾ ਘਰੇ ਚੱਕਰ ਗੱਲ ਦਾ, ਤੇ ਉਹੀ ਗੱਲ ਅੱਜ ਕੱਲ ਜਵਾਕ ਚੱਲਦੇ ਨੀ। ਨਾ ਤਾਂ ਉਹੀ ਗੱਲ ਕੰਚ ਦੇ ਭਾਂਡੇ ਗੱਲ ਹੋਈ ਵੀ ਪੁੱਤ, ਜਦੋਂ ਡਿੱਗਦੇ ਫੁੱਟ ਜਾਂਦਾ ਹੈ ਤੇ ਬੰਦਾ ਨਾਲ ਦੀ ਨਾਲ ਹੀ ਬਸ ਉਹ ਕੰਚ ਦੇ ਗਲਾਸ ਮੈਨੂੰ ਫੁੱਟ ਜਾਂਦਾ, ਹੁਣ ਤਾਂ ਮਗਰੋਂ ਤਾਂ ਕੁਛ ਨੀ ਬਣਦਾ ਪੁੱਤ, ਗੋਲੀਆਂ ਰੋਣ ਨਾ ਫੇਰ ਤਾਂ। ਤਾਈ ਕਿਤੇ ਬੋਲੇ ਹੀ ਨੀ, ਉਹ ਤਾਂ ਉੱਚਾ ਜਮੀ ਨੀ ਬੋਲਿਆ ਸੀ, ਹੱਸਦਾ ਖੇਡਦਾ ਜਾਂਦਾ ਸੀ ਕੰਮ ਤੇ, ਆ ਵਧੀਆ ਸੀ ਚੱਲ, ਹੁਣ ਨੇੜੇ ਤੇੜੇ ਜੇ ਬਦਲੀ ਹੋਣੀ ਸੀਗੀ, ਮਾਂ ਜਿਆਦਾ ਸੌਖੇ ਦਿਨ ਆ ਜਾਣਗੇ।
ਨੇੜੇ ਉਹੀ ਗੱਲ ਜਵਾਕਾਂ ਦਾ ਢਿੱਡ ਭਰਦਾ ਸੀ ਬਈ ਬੱਚਿਆਂ ਦਾ ਬਹੁਤ ਪਾਲਣੇ ਔਖੇ ਨੇ ਬੁੜੀਆਂ ਤੋਂ ਬਚ ਜਵਾਕ ਕਿੱਥੇ ਪਾਲਦੇ ਨੇ ਬਈ ਇਹ ਤਾਂ ਬੰਦਿਆਂ ਦੇ ਪਾਲਣੀ ਹੈ ਜਵਾਕ ਤਾਂ ਤੈਨੂੰ ਪਤਾ ਕਿੰਨੀ ਗਰੀਬੀ ਦੇਖੀ ਸੀ ਥੋੜੇ ਨੇ ਸ਼ੌਨਾ ਦੇ ਇੱਥੇ ਰਲ ਗਿਆ ਸਕੋੜਿਆ ਹੋਇਆ ਦੱਸ ਹੋਈ ਤੋਰ ਲਾ ਦੱਸ ਇਹਨਾਂ ਨੇ ਅੱਗ ਲੱਗੀ ਆਇਆ ਨੂੰ ਜਾਂਦੇ ਉਹਦੇ ਮੂੰਹ ਦੀ ਪਤਾ ਨੀ ਕੀ ਮਿਲਦਾ ਇਹਨਾਂ ਨੂੰ ਭਜਾ ਕੇ ਇਹਨਾਂ ਨੂੰ ਬਸ ਤਾਂ ਲੇਟ ਹੋ ਰਿਹਾ ਸੀ ਚੱਲ ਭਾਈ ਰਲ ਮਿਲ ਕੇ ਜਵਾਕਾਂ ਨੂੰ ਪਾਲੋ ਹੋਰ ਕੀ ਹੈ ਟਾਈਮ ਲੰਘਾਓ ਕੋਈ ਫਿਰ ਅੱਜ ਕੁੜੀ ਦਾ ਵੀ ਨੀ ਇੰਨਾ ਚਿਰ ਭਾਈ ਜਵਾਕ ਜੀ ਦਾ ਟਾਈਮ ਲੰਘਦਾ ਉਹ ਤਾਂ ਥਣ ਚੱਕੇ ਦੇ ਗਿਆ ਹੁਣ ਤੇ ਤਾਂ ਇੱਥੋਂ ਵੀ ਨੀ ਸਮਝਦੇ ਬਾਈ ਕੋਈ ਤੁਹਾਡੀ ਰਿਸ਼ਤੇਦਾਰੀ ਹੈਗਾ ਤਾਂ ਕੋਈ ਮਾੜਾ ਮੋਟਾ ਗਾਂ ਭਾਈ ਪੱਗ ਪੁੱਗ ਦੇ ਦਿਓ ਹੋਰ ਕੀ ਕਹਿ ਵੇਖ ਕੇ ਸਰਦਾ ਨੀ ਫਿਰ ਟਾਈਮ ਕੱਢਣਾ ਵੀ ਪੁੱਤ ਔਖਾ ਹੋ ਜਾਂਦਾ ਕੋਈ ਜਵਾਕ ਵੀ ਨੀ ਦੇਖੇ ਜਾਂਦੇ ਫਿਰ ਸਾਰੀ ਉਮਰ ਪਈ ਆ ਕਿਹੜਾ ਵੀ ਬੁੜਾ ਠੇਰਾ ਚਲੋ ਨੇੜੇ ਲੱਗ ਗਿਆ ਵੀ ਟਾਈਮ ਲੰਘ ਜਾਊਗਾ ਅੱਜ ਕੱਲ ਤਾਂ ਬੁੜੀਆਂ ਨੂੰ ਟਾਈਮ ਕੱਢਣੇ ਔਖੇ ਹੋ ਜਾਂਦੇ ਤੁਸੀਂ ਸਿਆਣੀ ਬਥੇਰੇ ਔਖਾ ਤਾਈ ਹੁਣ ਬਸ ਬਸ ਬਹੁਤ ਕੱਢਣੀ ਔਖੀ ਆ ਬਈ ਹੁਣ ਤਾਈ ਬਸ ਬਸ ਕਰਦੀ ਤੇ ਵੀ ਨਹੀਂ ਮੇਥੋਂ ਕੋਲੇ ਚੱਲੀ ਜਾਂਦੀ ਰੋ ਨਾ ਪੁੱਤ ਰੋਏ ਕੁਛ ਨਹੀਂ ਬਣਦਾ ਪੁੱਤ ਬਸ ਮੇਰਦੀ ਬਸ ਚੁੱਪ ਕਰ ਰੋ ਨਾ ਮਤ ਕਰਵਾਇਆ ਠੀਕ ਹੋ ਕੇ ਸਭ ਰਾਈ ਆ ਬਸ ਰੋਏ ਨਹੀਂ ਰੱਬ ਰੇ ਜਿੱਦਾ ਵੀ ਜੇ ਪਰਮਾਤਮਾ ਸਾਥ ਦਿੰਦਾ ਤਾਂ ਫਿਰ ਕੁਛ ਬਣਦਾ ਹੈ ਹੁਣ ਤੇ ਹਾਇ ਤਾਈ ਤੁਸੀਂ ਰਲ ਮਿਲ ਕੇ ਵੀ ਇਹਦਾ ਹੱਲ ਕਰਦੇ ਕੋਈ ਨਹੀਂ ਸਭ ਆਪਣੇ ਰਿਸ਼ਤੇਦਾਰੀ ਚ ਹੁੰਦਾ ਗੁੱਸਾ ਕਹਿੰਦੇ ਹੁੰਦਾ ਹੈ ਅੱਗ ਪੁੱਗ ਦਾ ਹੱਲ ਬਣਾ ਲਓ ਕੋਈ ਚੱਲ ਜਵਾਕ ਜੀ ਦਾ ਟਾਈਮ ਲੰਘ ਜਾਊਗਾ ਇਹ ਤਾਂ ਬਹੁਤ ਟਾਈਮ ਨੇੜੇ ਲਾਉਣਾ ਔਖਾ ਇਹ ਜ਼ਰੂਰ ਤੁਸੀਂ ਕਰੋ ਭਾਈ ਇਹ ਤਾਂ ਪ੍ਰਬੰਧ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਬੂਹਾ ਤਾਂ ਵਾਲਾ ਹੀ ਮਾੜਾ ਕੰਮ ਹੋਇਆ ਏਡਾ ਗਰੀਬ ਬੰਦਿਆਂ ਨਾਲ ਇੰਨਾ ਵਜਨ ਹੋਇਆ ਅਗਲੇ ਮਸਾਂ ਪੈਰਾਂ ਤੇ ਆਏ ਸੀ ਤੇ ਹੁਣ ਬਾ ਰੱਬ ਨੇ ਕੀ ਕਰਤਾ ਰੋਟੀ ਖਾਂਦੇ ਤੇ ਗੱਲ ਕੋਈ ਰਾਜੀ ਨੀ ਅੱਜ ਕੱਲ੍ਹ ਉਹੀ ਗੱਲ ਤਾਂ ਸਾਡਾ ਤਾਂ ਘਰ ਪਰਮਾਤਮਾ ਨੂੰ ਵੀ ਨੀ ਚੰਗਾ ਲੱਗਿਆ ਮਸਾਂ ਵੱਜਿਆ ਸੀ ਬਈ ਉੱਥੋਂ ਪੂਰੀ ਪੂਰੀ ਨਾ ਬੰਨਿਆ ਸੀ ਉਹਨੂੰ ਲਿਆਓ ਲਿਆਓ ਚੱਕ ਉਹ ਕਰ ਹੁਣ ਜੇ ਰੋਟੀ ਖਾਣ ਲੱਗੇ ਤਾਂ ਰੱਬ ਨੂੰ ਚੰਗੇ ਲੱਗੇ ਬੈਠੇ ਬੈਠੇ ਨੇ ਸਿੰਧ ਦਕਾਣਾ ਮਾਰਿਆ ਉਹੀ ਗੱਲ ਤਾਂ ਕਿਤੇ ਐਂ ਵੀ ਨੁੱਡ ਚਿੜੀਆ ਕੀਤੀ ਕਿਤੇ ਦਿਖਾਈ ਦਿੱਤੀ ਦਿਖਾਈ ਜਾ ਕੇ ਕਿੱਥੇ ਵੀ ਲਿਆ ਉੱਥੇ ਕਿਹੜਾ ਨਾਨਕੀ ਗਏ ਨਾ ਉੱਥੇ ਹੁਣ ਕਿੰਨੀ ਕੁ ਦੁਨੀਆਂ ਗਈ ਆ ਮੈਂ ਕਰਮਜੀਤ ਨੂੰ ਭੇਜਿਆ ਕਰੂੰ ਕਿੱਥੇ ਚੰਗਾ ਜੇ ਕੋਈ ਨੀ ਕੋਈ ਵੀ ਕੰਮ ਦਿਨ ਨੂੰ ਰਾਤ ਨੂੰ ਜਦੋਂ ਵੀ ਤੇਰਾ ਮਰਜ਼ੀ ਆ ਸੁਨੇਹਾ ਨਾ ਹੀ ਫੋਨ ਕਰੀ ਮੈਨੂੰ ਉਹਦੀ ਫਟਾਫਟ ਭੇਜੂੰਗਾ ਤੈਨੂੰ ਕਿਸੇ ਚੀਜ਼ ਦੀ ਲੋੜ ਪਈ ਜੇ ਘਰੇ ਦੁੱਧ ਤੋਂ ਬਾਅਦ ਕੋਈ ਹੋਰ ਪੈਸਾ ਟਕਾ ਕਿਸੇ ਚੀਜ਼ ਦੀ ਆਪਾਂ ਨੂੰ ਲੋੜ ਪੈਂਦੀ ਹੈ ਤੇ ਫਟਾਫਟ ਤੇਰੇ ਕੋਲ ਉਹਦੀ ਪਹੁੰਚੂਗਾ ਤਾਈ ਤੇਰਾ ਇੰਨਾ ਹੀ ਬਥੇਰਾ ਜਿਹੜਾ ਤੂੰ ਕਹਿਤਾ ਨਹੀਂ ਕਾ ਸਾਡੇ ਆਪਦੇ ਨੇ ਉੱਡ ਚਿੜੀਆ ਵੀ ਨੀ ਕੀਤੀ ਇੱਕ ਬਸ ਐ ਚਾਹੀਦੀ ਕਰਮਜੀਤ ਨੂੰ ਆਹ ਕਿੱਲਾ ਕੁ ਖੇਤੀ ਦਾ ਕੀਤਾ ਜਿਹੜਾ ਜੀਰੀ ਦਾ ਉਹਨੂੰ ਪਾਣੀ ਲਾਇਆ ਹੋਊਗਾ ਕੋਈ ਨੀ ਪੁੱਤ ਮੈਂ ਹੁਣੇ ਭੇਜ ਤੈਨੂੰ ਜਾ ਕੇ ਤੇ ਤੂੰ ਦਿਲ ਰੱਖ ਮੇਰੀ ਧੀ ਤੇਰਾ ਕੰਮ ਕੁੰਮ ਸਾਰਾ ਜਦੋਂ ਵੀ ਮਰਜ਼ੀ ਹੈ ਖੇਤ ਜਾਣਾ ਕੋਈ ਪਸ਼ੂ ਢਾਂਡੇ ਨੂੰ ਕੁਛ ਕੀ ਨੀਰਾ ਚਾਰਾ ਲਿਆਉਣਾ ਕੋਈ ਹੋਰ ਖਾ ਕੱਪਾ ਲਿਆਉਣਾ ਭਾਈ ਤੇਰਾ ਸਿੱਟ ਕੇ ਜਾਇਆ ਕਰੂ ਜ਼ਰੂਰ ਮਾੜਾ ਜਿਹਾ ਫੋਨ ਕਰਦੀ ਮੇਰੀ ਧੀ ਚੰਗਾ ਨਾ ਕੋਈ ਨਾ ਤਾਂ ਚੰਗਾ ਫਿਰ ਮੈਂ ਉਹਨੂੰ ਭੇਜ ਦੀ ਜਾ ਕੇ ਚੰਗਾ ਪੁੱਤ ਬਸ ਦੇਖਤੀ ਆ ਜੀਰੀ ਪਕਾ ਦੇ ਤਾਂ ਠੇਕੇ ਤੇ ਲਾ ਦਿਆ ਕਰਾਂਗੇ ਕੋਈ ਤੇਰੇ ਲੋੜ ਨਹੀਂ ਨਾਲ ਕੋਈ ਰਲ ਮਿਲ ਕੇ ਆਪੇ ਹੋ ਜਾਂਦੀ ਪੁੱਤ ਕੇ ਰਬ ਜਾ ਦੇ ਹੁਣ ਤਾਂ ਕਿਹੜਾ ਹੱਥਾਂ ਨਾਲ ਕਰਨੀ ਹੈ ਸੈਗ ਤਾਂ ਨਹੀਂ ਬੀਜਣੀ ਹੈ ਚਲ ਚੰਗਾ ਮੇਰੀ ਧੀ ਸਹਾਰਾ ਰੱਖੀ ਚੰਗਾ ਪੁੱਤ
ਹੁਣ ਤਾਂ ਜਮਾ ਬੇਵਾਹ ਹੋ ਗਈ। ਮਾਸੀ। ਹਾਂ ਪੁੱਤਾ। ਮੈਂ ਸਵਾ ਆਇਆ ਉਹ ਏਅਰ ਟੈਂਟ ਤੋਂ ਲਿਆਂਦੇ ਸੀ ਆਪਾਂ ਭਾਂਡੇ ਭੁੰਡੇ। ਅੱਛਾ। ਹਾਂ ਤੈਨੂੰ ਪਤਾ ਜਮਾ ਬੀਤੀ ਪਈਆਂ, ਹੁਣ ਤਾਂ ਕੋਈ ਜਾਣ ਜਿਨ ਤਾਂ ਹੈ ਹੀ ਨਹੀਂ। ਉਹ ਕੋਈ ਨਹੀਂ ਮਾਸੀ, ਹੌਸਲਾ ਰੱਖ, ਹੁਣ ਉਹਦੇ ਅੱਗੇ ਕੀ ਜ਼ੋਰ ਚੱਲਦਾ ਹੈ। ਜਿਹੜਾ ਕੋਈ ਲਿਖਿਆ ਹੁੰਦਾ ਕਹਿੰਦੇ ਦੁੱਖ ਸੁੱਖ, ਇਹ ਤਾਂ ਆਉਣਾ ਹੀ ਆਉਣਾ। ਇਹ ਤਾਂ ਹੈ, ਉਹਦੀ ਹਵਾ ਬਗੈਰ ਤਾਂ ਪੱਤਾ ਵੀ ਨਹੀਂ ਚੱਲਦਾ। ਤਾਂ ਉਹੀ ਹੈ ਜਿਹੜਾ ਕੁਛ ਕਰਨਾ ਪਰਮਾਤਮਾ ਹੈਗਾ ਹੈ। ਪਰ ਇੱਕ ਗੱਲ ਹੈ ਪੁੱਤ, ਜਿਵੇਂ ਕਿਤੇ ਲੜਿਆ ਨਹੀਂ ਸੀ ਬੋਲਿਆ ਨਹੀਂ ਸੀ, ਉਹਦੇ ਮਨ ਚ ਕੀ ਚੱਲ ਰਿਹਾ ਸੀ? ਹੋਰ ਆਪਾਂ ਨੂੰ ਸਮਝ ਨਹੀਂ ਆਈ, ਕਦੇ ਉਹਨੇ ਕੋਈ ਖੁੱਲ ਕੇ ਗੱਲ ਹੀ ਨਹੀਂ ਕਰੀ ਸੀ। ਉਹਦਾ ਕੰਮ ਤੱਕ ਧਿਆਨ ਰਹਿੰਦਾ ਸੀ। ਮੈਂ ਤਾਂ ਇਹੀ ਝੋਰਾ ਵੜ ਵੜ ਖਾਈ ਜਾਂਦਾ ਮੈਨੂੰ ਤਾਂ, ਵੀ ਕੋਈ ਮੈਨੂੰ ਕਿਤੇ ਗੱਲ ਲੱਗਦੀ ਜਿਹਨੂੰ ਲੁਕੋ ਰੱਖਦਾ ਸੀ, ਅੰਦਰੇ ਅੰਦਰ ਘੁੱਟਦਾ ਸੀ ਉਹ। ਹੋ ਸਕਦਾ ਮਾਸੀ ਅੱਜ ਕੱਲ ਮੁੰਡੇ ਮੁੰਡੇ ਮਾੜਾ ਮੋਟਾ ਕੋਈ ਹੋਵੇ ਵੈਸਾ, ਹੈ ਨਾ? ਪਰ ਉਹਨੇ ਦੱਸਿਆ ਤਾਂ ਹੈ ਨਹੀਂ ਸੀ ਕਦੇ ਮਾਸੀ। ਗੱਲ ਤਾਂ ਕਰੇ ਪੁੱਤ, ਉਹਨੇ ਕਿਤੇ ਵੀ ਨਹੀਂ ਕਰੀ ਸੀ। ਅੱਛਾ। ਵਧੀਆ ਹੱਸਦਾ ਖੇਡਦਾ ਆਉਂਦਾ ਸੀ, ਹੱਸਦਾ ਖੇਡਦਾ ਕੰਮ ਤੇ ਜਾਂਦਾ ਸੀ। ਲੈ ਮਾਸੀ ਦਿਨਾਂ ਦਾ ਕੀ ਲੱਗਦਾ ਹੈ, ਆ 9 ਦਿਨ ਹੀ ਹੋਏ ਨੇ, ਐਂ ਲੱਗਦਾ ਵੀ ਕਈ ਸਾਲ ਹੋ ਗਏ ਗਏ ਨੂੰ ਬਾਈ ਨੂੰ। ਪਰ ਮਾਸੀ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰੀ, ਅੱਜ ਤੋਂ ਬਾਅਦ ਜੋਤੀ ਵੀ ਮੇਰੀ ਭੈਣ ਹੀ ਹੈ। ਹੈ ਤੂੰ ਆਪਦੇ ਆਪ ਨੂੰ ਇਕੱਲਾ ਨਾ ਸਮਝੀ, ਮੈਂ ਹੈਗਾ, ਜਦੋਂ ਮਰਜ਼ੀ ਫੋਨ ਮਾਰ ਦੀ, ਮੈਂ ਉਦੋਂ ਆ ਜਾਊਂਗਾ ਮਾਸੀ। ਨਾ ਕੋਈ ਨਾ ਪੁੱਤ, ਇੰਨਾ ਤਾਂ ਸਾਨੂੰ ਵਿਸ਼ਵਾਸ ਹੈ, ਜਦੋਂ ਹੁਣ ਤੱਕ ਤੂੰ ਕੰਮ ਕਰਾਉਂਦਾ ਰਿਹਾ ਫਿਰ ਕਿਹੜਾ ਤੂੰ ਪਿੱਛੇ ਹਟੇਗਾ? ਤੇ ਨਾਲੇ ਤੈਨੂੰ ਪਤਾ ਹੈ ਜਦੋਂ ਬੰਦੇ ਘਰੋਂ ਵਗ ਜਾਣ, ਨੌ ਦਸ ਦਿਨ ਹੋ ਗਏ, ਕਈ ਸਾਲ ਹੋ ਗਏ, ਹੋਰ ਦਿਨ ਵੀ ਆ ਜਾਣਗੇ ਮੁੜ ਕੇ, ਤਰੀਕ ਵੀ ਆ ਜਾਂਦੀ ਹੈ, ਮਹੀਨੇ ਵੀ ਆ ਜਾਂਦੇ ਨੇ, ਪਰ ਬੰਦਾ ਗਿਆ ਘਰੋਂ ਮੁੜ ਕੇ ਕਿਤੇ ਨਹੀਂ ਆਉਂਦਾ। ਬਸ ਜੋ ਕਿਸਮਤ ਦੇ ਲਿਖਿਆ ਸੀ, ਕਿੱਥੇ ਇੰਨੀਆਂ ਵਧੀਆ ਗੱਲਾਂ ਕਰਦਾ ਸੀ, ਜੋਤੀ ਦਾ ਵਿਆਹ ਠੀਕ ਕਰੂੰਗਾ, ਇੰਨਾ ਪੈਸਾ ਲਾਉਂਗਾ, ਕੀ ਉਹੀ ਗੱਲ ਦੇਖ ਲੈ, ਪਰਮਾਤਮਾ ਨੂੰ ਹੁਕਮ ਨਹੀਂ ਮਿਲਿਆ। ਦੀ ਗੱਲ ਹੈ, ਉਹਨੂੰ ਕਿਹੜਾ ਪਤਾ ਸੀ ਵੀ ਮੌਤ ਮੇਰੇ ਮੂਹਰੇ ਖੜੀ ਹੈ। ਇਹ ਤਾਂ ਹੈ। ਚਲ ਕੋਈ ਨਹੀਂ ਮਾਸੀ, ਮੈਂ ਚੱਲਦਾ ਹੁਣ, ਮੈਂ ਨਾ ਖੇਤ ਜਾ ਕੇ ਆਉਣਾ ਸੀਗਾ। ਤੇ ਹਾਂ ਸੱਚ ਪੁੱਤ, ਜਾਂਦਾ ਜਾਂਦਾ ਉਹ ਨਾ ਸਾਡੇ ਵਾਲੀ ਜੀਰੀ ਚ ਨੱਕਾ ਮਾਰ ਜੇ ਪਾਣੀ। ਨਾ ਨਾ ਕੋਈ ਗੱਲ ਨਹੀਂ, ਹਾਂ ਤਾਂ ਗੱਲ ਕਰ ਦੇਖ ਲਿਆ ਕਰਾਂਗੇ, ਠੇਕੇ ਤੇ ਲਾ ਦਿਆ ਕਰਾਂ। ਜੋਤੀ ਕਿੱਥੇ ਆ? ਜੋਤੀ ਤਾਂ ਅੰਦਰ ਬੈਠੀ ਅੱਜ ਭਾਬੀ ਕੋਲੇ, ਮਹਾ ਬਿੰਦ ਝੱਟ ਬੈਠੀਆਂ ਨੇ, ਮੈਂ ਕੱਪੜੇ ਧੋ ਕੇ ਸੁੱਕਣੇ ਪਾਉਣ ਲੱਗ ਪਈ। ਚਲ ਠੀਕ ਆ ਮਾਸੀ, ਫਿਰ ਮੈਂ ਚੱਲਦਾ। ਕੋਈ ਨਾ ਪੁੱਤ, ਬਾਗ ਜੇ ਚੱਲ ਚੱਲ, ਯਾਦ ਨਾਲ ਮਾਰ ਜੀ। ਨਾ ਨਾ ਕੋਈ ਗੱਲ ਨਹੀਂ, ਫਿਕਰ ਨਾ ਕਰ, ਹੁਣ ਤਾਂ ਯਾਦਾਂ ਹੀ ਰਹਿ ਗਈਆਂ ਪੱਲੇ, ਪੁੱਤ ਨੇ ਤਾਂ ਕਦੇ ਆਉਣੇ ਨਹੀਂ ਮੁੜ ਕੇ। ਭਾਬੀ। ਭਾਬੀ ਕੀ ਹੋ ਗਿਆ? ਕੁਛ ਨਹੀਂ। ਚੱਲ ਤੇ ਰੋਟੀ ਰੋਟੀ ਖਾ ਲਈ ਸੀ ਤੂੰ? ਕੋਈ ਨਾ ਖਾ ਲੂੰਗੀ ਰੋਟੀ ਤੂੰ। ਭਾਬੀ ਖਿੱਜ ਕੇ ਜੀ ਕਾਹਤੋਂ ਬੋਲਦੀ ਆ? ਉਹ ਪੁੱਤ ਮੇਰਾ ਮਨ ਨਹੀਂ ਸੈੱਟ ਹੈਗਾ। ਹਾਂ ਦੱਸ ਕੀ ਹੋਇਆ? ਹੋਇਆ ਤਾਂ ਕੁਛ ਨਹੀਂ, ਮੈਂ ਨਾ ਇੱਕ ਗੱਲ ਕਰ ਲਈ ਤੁਹਾਡੇ ਨਾਲ। ਭਾਬੀ ਮੈਂ ਨਾ ਤੁਹਾਨੂੰ ਐਵੇਂ ਕਹਿੰਦੀ ਸੀ ਵੀ ਮੈਂ ਨਾ ਤੁਹਾਨੂੰ ਕਿਸੇ ਮੁੰਡੇ ਨਾਲ ਮਿਲਾਵਾਂ ਸੀ। ਛੁੱਤੀ ਕਿਹੜੇ ਮੁੰਡੇ ਨਾਲ? ਭਾਬੀ ਜਿਹਦੇ ਨਾਲ ਮੈਂ ਨਾ ਵਿਆਹ ਕਰਾਉਣਾ। ਵਿਆਹ ਕਰਾਉਣਾ? ਤੇਰਾ ਦਿਮਾਗ ਤਾਂ ਸੈੱਟ ਆ, ਤੈਨੂੰ ਪਤਾ ਨਾ ਬੀਬੀ ਦਾ ਸੁਭਾਅ ਕਿਹੋ ਜਿਹਾ। ਪਤਾ ਤਾਂ ਹੈ, ਤੁਹਾਡੇ ਨਾਲ ਗੱਲ ਕੀਤੀ ਹੈਗੀ, ਮੈਨੂੰ ਨੀ ਪਤਾ, ਮੈਂ ਤਾਂ ਉਹਨੂੰ ਬਹੁਤ ਟਾਈਮ ਤੋਂ ਪਿਆਰ ਕਰਦੀ ਹਾਂ, ਮੈਂ ਤਾਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ। ਕਿੱਥੇ ਦਾ ਮੁੰਡਾ? ਆ ਨਾਲ ਦੇ ਪਿੰਡ ਦਾ ਹੀ ਆ। ਕਦੇ ਗੱਲ ਕਿਉਂ ਨੀ ਕੀਤੀ ਤੂੰ ਮੇਰੇ ਨਾਲ, ਕਿ ਤੇਰੀ ਕਿਸੇ ਮੁੰਡੇ ਨਾਲ ਗੱਲ ਆ? ਬਸ ਭਾਬੀ ਵੀਰੇ ਤੋਂ ਨਾ ਡਰ ਲੱਗਦਾ ਸੀਗਾ। ਵੀਰੇ ਤੋਂ ਡਰ ਲੱਗਦਾ ਸੀ? ਮੰਮੀ ਤੋਂ ਨੀ ਡਰ ਲੱਗਦਾ ਤੈਨੂੰ? ਹਜੇ ਤੇਰੇ ਭਰਾ ਦਾ ਸਿਵਾ ਵੀ ਨੀ ਠੰਡਾ ਹੋਇਆ, ਤੈਨੂੰ ਵਿਆਹ ਦੀ ਵੀ ਪੈ ਗਈ,
ਮੈਨੂੰ ਨੀ ਪਤਾ ਭਾਬੀ, ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ। ਚੌਥੀ, ਤੈਨੂੰ ਵਿਆਹ ਕਰਾਉਣ ਤੋਂ ਨੀ ਰੋਕਦੇ, ਜਿੰਨਾ ਵੀ ਹੋਇਆ ਮੈਂ ਤੇਰਾ ਸਾਥ ਦਊਂਗੀ, ਮੰਮੀ ਨੂੰ ਵੀ ਮਨਾ ਲਾਂਗੇ ਆਪਾਂ, ਪਰ ਤੂੰ ਕੁਛ ਕੁ ਟਾਈਮ ਤਾਂ ਰੁਕ ਜਾ। ਫਿਰ ਅੰਗੇਜਮੈਂਟ ਕਰਾ ਦੋ ਨਾ ਇਕੱਲੇ। ਲੈ, ਉਹ ਲੋਕ ਕੀ ਕਹਿਣਗੇ? ਲੋਕ ਤਾਂ ਬਹੁਤ ਕੁਛ ਕਹਿੰਦੇ ਨੇ, ਲੋਕਾਂ ਦਾ ਕੀ ਹੈਗਾ। ਮੰਮੀ ਹੋਣੀ ਅੱਜ ਨਾ ਮੇਰੀਆਂ ਗੱਲਾਂ ਕਰੀ ਜਾਂਦੇ ਰਹਿੰਦੇ ਨੇ ਵੀ ਇਹਦਾ ਕੀ ਬਣੂਗਾ ਕੀ ਬਣੂਗਾ। ਪਰ ਬਣਨਾ ਕੀ ਆ ਭਾਬੀ, ਹੁਣ ਤੁਸੀਂ ਇੱਥੇ ਹੀ ਰਹੋ ਨਾ। ਪੁੱਤ, ਮੈਂ ਤਾਂ ਇੱਥੇ ਹੀ ਰਹੂੰਗੀ, ਮੈਂ ਮੰਮੀ ਨੂੰ ਛੱਡ ਕੇ ਕਿਤੇ ਨਹੀਂ ਜਾਂਦੀ। ਪਰ ਸਾਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀਗੀ ਵੀ ਤੂੰ ਆਹ ਕੁਛ ਕਰੇਂਗੀ। ਮੈਨੂੰ ਨੀ ਪਤਾ ਭਾਬੀ, ਮੈਂ ਤਾਂ ਵਿਆਹ ਕਰਾਉਣਾ ਬਸ। ਮੈਨੂੰ ਨੀ ਪਤਾ ਭਾਬੀ, ਤੂੰ ਨਾ ਬੇਬੀ ਨੂੰ ਇੱਕ ਵਾਰ ਮਨਾ ਕੇ ਉਹ ਮੁੰਡੇ ਨਾਲ ਉਹ ਗੱਲ ਕਰ ਲੈ। ਕੋਈ ਗੱਲ ਨੀ, ਮੈਂ ਕਰ ਲੂੰਗੀ ਬੇਬੀ ਨਾਲ ਗੱਲ। ਤੂੰ ਇੱਕ ਵਾਰੀ ਬੇਬੀ ਨੂੰ ਮੇਰੇ ਕੋਲ ਭੇਜ ਦੇ। ਹਾਂ ਕੋਈ ਗੱਲ ਨੀ ਭਾਬੀ, ਚਲੋ ਠੀਕ ਆ, ਮੈਂ ਜਾਣੀ ਹੁਣੀ ਭੇਜਣਾ। ਠੀਕ ਆ। ਸਮਝ ਨਹੀਂ ਆਉਂਦੀ ਵੀ ਕੁੜੀ ਨੂੰ ਹੋਇਆ ਕੀ ਆ। ਮੰਮੀ ਮੰਨੂਗੀ ਵੀ ਕਿ ਨਹੀਂ ਮੰਨੂਗੀ। ਰੀਤ, ਬੋਲ ਮਾਰਿਆ ਸੀ ਮੈਨੂੰ? ਹਾਂ ਮੰਮੀ, ਬਹਿ ਜਾ। ਕੀ ਕਹਿੰਦੀ ਹੈ, ਦੱਸ ਤਾਂ ਦੇ, ਕੰਮ ਸੀ ਉੱਥੇ ਦੱਸਿਆਂਗੀ। ਮੰਮੀ ਮੈਂ ਕਹਿੰਦੀ ਸੀ। ਹਾਂ ਦੱਸ ਕੀ ਹੋ ਗਿਆ, ਗੁੱਸਾ ਨਾ ਕਰਿਆ। ਕੀ ਗੁੱਸਾ ਹੈ, ਦੱਸ ਤਾਂ ਦੇ ਗੱਲ। ਦੇਖੋ, ਇੱਕ ਦੁੱਖ ਤਾਂ ਆਪਾਂ ਨੂੰ ਬਹੁਤ ਵੱਡਾ ਲੱਗ ਕੇ ਹਟਿਆ, ਮੈਂ ਨਹੀਂ ਚਾਹੁੰਦੀ ਵੀ ਦੂਜਾ ਵੀ ਲੱਗ ਜੇ। ਹੁਣ ਕੀ ਹੋ ਗਿਆ, ਕਿਸੇ ਨੇ ਕੁਛ ਕਹਿਤਾ ਕਿ ਤੇਰੀ ਤਾਈ ਕੁਛ ਕਹਿ ਗਈ? ਨਹੀਂ ਨਹੀਂ ਤਾਈ ਨਹੀਂ, ਉਹ ਤਾਂ ਬੋਲ ਪੜਾ ਕੇ ਬੋਲੀ ਜਾਂਦੀ, ਉਹਦੀਆਂ ਗੱਲਾਂ ਤੇ ਨਾ ਅਸਰ ਕਰਿਆ ਕਰੋ। ਮੰਮੀ ਆਪਣੀ ਜੋਤੀ ਦਾ ਨਾ ਵਿਆਹ ਕਰ ਦੇ। ਰੀਤ, ਇਹ ਤੂੰ ਕੀ ਕਹੀ ਜਾਂਦੀ ਪੁੱਤ? ਤੂੰ ਐਂ ਦੇਖ, ਹਜੇ ਮੇਰਾ ਪੁੱਤ ਤਾਂ ਰਾਹ ਤੁਰਿਆ ਜਾਂਦਾ ਹੈਗਾ, ਉਹਦਾ ਤਾਂ ਸਿਵਾ ਵੀ ਨੀ ਠੰਡਾ ਹੋਇਆ। ਮੈਂ ਇਹਦਾ ਡੋਲਾ ਕਰਦੀ ਸੋਹਣੀ ਲੱਗਦੀ ਆ, ਹੈ ਤਾਂ ਮੈਂ 6-7 ਮਹੀਨੇ ਕਿਤੇ ਨੀ ਕਰਦੀ ਹੈਗੀ ਇਹਦਾ। ਮੰਮੀ ਜੇ ਉਹ ਆਪ ਕਿਤੇ ਚਲੇ ਗਈ ਫਿਰ ਆਪਾਂ ਕੀ ਕਰਾਂਗੇ? ਪੁੱਤ ਤੈਨੂੰ ਕੀ ਹੋ ਗਿਆ ਕਹੇ? ਮੰਮੀ ਜੇ ਉਹ ਕਿਤੇ ਆਪ ਚਲੇ ਗਈ ਫਿਰ ਬਾਹਲੀ ਬੇਇੱਜ਼ਤੀ ਆ। ਮੰਮੀ ਜੋਤੀ ਨੇ ਕਿਹਾ ਵੀ ਸਾਨੂੰ ਵਿਆਹ ਦੀ ਕਾਹਲੀ ਨੀ, ਇੱਕ ਵਾਰੀ ਉਹ ਕਿਸੇ ਮੁੰਡੇ ਨੂੰ ਮਿਲਾਉਣਾ ਚਾਹੁੰਦੀ ਆ, ਉਹ ਮੁੰਡੇ ਨੂੰ ਤੁਸੀਂ ਮਿਲ ਲਓ। ਮੈਨੂੰ ਐਵੇਂ ਆ ਵੀ ਜਿਹਨੇ ਆਪਣਾ ਮੂੰਹ ਕਾਲਾ ਕਰਵਾਤਾ ਨਾ ਆਪਾਂ ਕਿਸੇ ਪਾਸੇ ਜੋਗੇ ਨੀ ਰਹਿਣੇ। ਕਿਹੜੇ ਮੁੰਡੇ ਨੂੰ ਮਿਲੇ ਆਉਣ ਦੀ ਗੱਲ ਕਰਦੀ ਹੈ, ਹੁਣ ਸ਼ਰਮ ਨੀ ਆਉਂਦੀ? ਉਹਦਾ ਭਾਈ ਤਾਂ ਹਜੇ ਰਾਹ ਤੁਰਿਆ ਜਾਂਦਾ ਹੈ। ਮਾੜਾ ਮੋਟਾ ਤੂੰ ਸਮਝਾਉਂਦੀ, ਤੂੰ ਤਾਂ ਸਿਆਣੀ ਹੈ। ਚਲੋ ਮੰਮੀ ਕੋਈ ਗੱਲ ਨੀ, ਤੁਸੀਂ ਵੀ ਨਾ ਹੁਣ ਬਾਹਲੀ ਬਹਿਸ ਨਾ ਕਰੋ, ਜਿਹੜੇ ਮੁੰਡੇ ਨੂੰ ਮਿਲਾਉਂਦੀ ਆ ਆਪਾਂ ਇੱਕ ਵਾਰੀ ਮਿਲ ਲੈਂਦੇ। ਕਿਵੇਂ ਮਿਲ ਲਈਏ ਪੁੱਤ, ਆ ਲੋਕਾਂ ਦਾ ਮੂੰਹ ਨੀ ਬੰਦ ਹੋਣਾ, ਅਗਲਾ ਕੂਏ ਪੁੱਤ ਨੂੰ ਮਰਿਆ ਲੋੜਦੀ ਸੀ। ਮੰਮੀ ਮੇਰੇ ਤੋਂ ਵੱਧ ਦੁੱਖ ਤਾਂ ਕਿਸੇ ਨੂੰ ਵੀ ਨਹੀਂ ਹੈਗਾ ਜਿਹਦੀ ਸਾਰੀ ਦੁਨੀਆ ਜੁੜ ਗਈ ਹੋਵੇ। ਤੇਰੇ ਤਾਂ ਪੁੱਤ ਦੁਨੀਆ ਉਜੜ ਗਈ, ਮੇਰੇ ਤਾਂ ਬੜੇ ਪੈਰ ਰੁਲ ਗਿਆ। ਕਿੱਥੇ ਉਹਨੇ ਕਹੋ, ਮੈਂ ਹੈਗੀ ਹਾਂ ਨਾ, ਮੈਂ ਸਾਰੀ ਉਮਰ ਤੁਹਾਡੀ ਧੀ ਬਣ ਕੇ ਰਹੂੰਗੀ। ਜਿਹਨੂੰ ਕਹਿੰਦੀ ਹੈ ਜੋਤੀ ਇੱਕ ਵਾਰੀ ਮਿਲ ਕੇ ਦੇਖ ਲਓ, ਜੇ ਚੰਗਾ ਹੋਇਆ ਮੁੰਡਾ ਆਪਾਂ ਵਿਆਹ ਦਾਂਗੇ, ਹੁਣ ਵੀ ਤਾਂ ਵਿਆਹਣੀ ਆ। ਚੱਲ ਜੇ ਤੂੰ ਬਾਲਾ ਕਹਿੰਦੀ ਹੈ ਨਾ ਤਾਂ ਉਹਨੂੰ ਕਹਿ ਦੀ, ਮੇਰਾ ਤਾਂ ਜੀ ਨਹੀਂ ਕਰਦਾ ਬੁਲਾਉਣ ਨੂੰ ਇਹੋ ਜਿਹੀ ਧੀ ਨੂੰ, ਬੁਲਾ ਲੂਗੀ। ਚੰਗਾ ਮੰਮੀ, ਤੁਸੀਂ ਇਹਨੂੰ ਕੁਛ ਬੋਲਿਓ ਨਾ।
ਮੈਂ ਤਾਂ ਕੁਛ ਨਹੀਂ ਬੋਲਦੀ ਪੁੱਤ, ਮੇਰੇ ਚ ਉਹਨੀ ਹਿੰਮਤ ਨਹੀਂ ਹੈਗੀ ਹੁਣ ਬੋਲਣ ਦੀ। ਮੇਰੇ ਤਾਂ ਪੁੱਤ ਨੇ ਗੋਡੀ ਲਵਾਤੀ ਮੇਰੀ, ਮੈਂ ਨੀ ਕਿਹਨੂੰ ਕਹਿ ਸਕਦੀ ਸੀ ਕੁਛ, ਨਾਲ ਇਹ ਤੀ ਬਾਹਰ ਪੈਰ ਪੱਟ ਜਾਦੀ। ਮੈਨੂੰ ਤਾਂ ਧੀਏ ਕੌਣ ਸੀ ਹਰਾਉਣ ਵਾਲਾ, ਮੈਨੂੰ ਤਾਂ ਆਪਦਾ ਕੁੱਤੇ ਹਰਾ ਗਿਆ। ਚਲੋ ਮੰਮੀ ਤੁਸੀਂ ਇੱਕ ਵਾਰੀ ਜੋਤੀ ਨੂੰ ਕਹਿ ਦਿਓ ਵੀ ਬੁਲਾ ਲੂਗੀ ਉਹ ਮੁੰਡੇ ਨੂੰ, ਆਪਾਂ ਗੱਲ ਕਰ ਲਾਂਗੇ। ਨਾ ਪੁੱਤ ਮੈਂ ਨਹੀਂ ਕਹਿੰਦੀ, ਤੂੰ ਕਹਿ ਦੇ, ਮੈਂ ਸੋਹਣੀ ਨਹੀਂ ਲੱਗਦੀ ਪੁੱਤ ਕਹਿੰਦੀ। ਨਾ ਤੈਨੂੰ ਪਤਾ ਮੇਰਾ ਇੰਨਾ ਹਾਜ਼ਮਾ ਕਿੱਥੇ ਹੈਗਾ ਵੀ ਜਿਹੜਾ ਮੈਂ ਉਹਨੂੰ ਕਹਿ ਦੂੰਗੀ ਬੁਲਾ ਲਾ। ਮੈਂ ਤਾਂ ਮੂਹਰੇ ਮੂਹਰੇ ਮੇਰੇ ਪੁੱਤ ਦੀ ਰੂਹ ਫਿਰਦੀ ਰਹਿੰਦੀ ਹੈ, ਮੈਂ ਤਾਂ ਕਾਸੇ ਨੂੰ ਜੀ ਨਹੀਂ ਕਰਦਾ। ਕੋਈ ਨਾ ਮੰਮੀ ਮੈਂ ਕਹਿ ਦੂੰਗੀ। ਦੇਖ ਲਾ ਜਿਵੇਂ ਤੈਨੂੰ ਚੰਗਾ ਲੱਗੇ, ਮੈਂ ਤੇਰੀ ਗੱਲ ਆਖੀ ਮੋੜਦੀ ਨਹੀਂ। ਕੋਈ ਨਾ ਮੈਂ ਕਹਿ ਦੂੰ, ਤੁਸੀਂ ਆਰਾਮ ਕਰ ਲਓ। ਚੱਲ ਪੁੱਤ, ਮੈਂ ਤਾਂ ਉੱਥੇ ਬੈਠੀ ਸੀ ਬਾਹਰ, ਉੱਥੇ ਵਧੀਆ ਹਵਾ ਜੀ ਲੱਗਦੀ ਸੀ, ਮਾਂ ਪਤਾ ਨਹੀਂ ਕਾਹਤੋਂ ਬੋਲ ਮਾਰੀ ਜਾਂਦੀ ਆ ਅੰਦਰ ਬੈਠੀ। ਚੱਲ ਮਾਂ ਸੁਣ ਕੇ ਆਵਾਂ, ਬਣਾ ਦਵਾਈ ਦਵੂਈ ਲੈ ਲਈ? ਲੈ ਲਈ ਸੀ ਮੰਮੀ ਦਵਾਈ ਤਾਂ। ਟਾਈਮ ਨਾਲ ਲੈ ਲਿਆ ਕਰ ਪੁੱਤ ਦਵਾਈ, ਉਹ ਤਾਂ ਚਾਹ ਦੀ ਕੁੱਟ ਕਰਾ ਕੇ ਪੀ ਲਾ ਕੱਲ ਮੂਹੀ ਤੋਂ। ਭਾਬੀ ਕੀ ਹੋ ਗਿਆ, ਤੂੰ ਐਂ ਕਾਹ ਤੂੰ ਬੈਠੀ ਆ? ਕੁਛ ਨਹੀਂ ਬਸ ਤੇਰੇ ਵੀਰੇ ਦੀ ਯਾਦ ਆਉਂਦੀ। ਅੱਛਾ ਤੇ ਕੀ ਕਹਿੰਦੀ ਮੰਮੀ, ਗੱਲ ਕਰੀ ਸੀ ਤੁਸੀਂ? ਕੀਤੀ ਸੀ ਗੱਲ। ਕੀ ਕਹਿੰਦੇ? ਬਸ ਮੰਮੀ ਹਜੇ ਪੂਰੀ ਤਰ੍ਹਾਂ ਮੰਨੀ ਤਾਂ ਹੈ ਨਹੀਂ, ਮੈਨੂੰ ਕਹਿੰਦੀ ਇੱਕ ਵਾਰੀ ਬੁਲਾ ਲਓ ਮੁੰਡੇ ਨੂੰ ਆਪਾਂ ਮਿਲ ਲੈਂਦੇ, ਉੱਥੋਂ ਕਹਿ ਦੇ ਮੁੰਡੇ ਨੂੰ। ਠੀਕ ਆ ਭਾਬੀ। ਕਦੋਂ ਆਊਗਾ? ਕੋਈ ਨਹੀਂ ਮੈਂ ਪੁੱਛ ਲੈਂਦੀ, ਉਹ ਤਾਂ ਕੱਲ੍ਹ ਨੂੰ ਹੀ ਆਜੂਗਾ। ਕੋਈ ਨਾ ਤੂੰ ਕਹਿ ਦੇ, ਆਪਾਂ ਇੱਕ ਵਾਰੀ ਗੱਲ ਕਰ ਲੈਂਦੇ। ਠੀਕ ਆ ਭਾਬੀ। ਮੁੰਡਾ ਤਾਂ ਚੰਗਾ ਹੈ ਨਾ? ਹਾਂ ਹਾਂ ਮੁੰਡਾ ਵਧੀਆ। ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ? ਨਹੀਂ ਨਹੀਂ ਕੋਈ ਨਸ਼ਾ ਨਹੀਂ ਕਰਦਾ ਹੈਗਾ। ਚੱਲ ਠੀਕ ਆ, ਚੰਗਾ ਬੁਲਾ ਲਾ। ਹਾਂ ਮੈਂ ਉਹਨਾਂ ਨੂੰ ਫੋਨ ਕਰ। ਕੋਈ ਨਾ ਮੰਮੀ ਐਵੇਂ ਮਨ ਨਾ ਹੋਲਾ ਕਰੋ, ਇੱਕ ਵਾਰੀ ਆਪਾਂ ਮੁੰਡੇ ਨੂੰ ਮਿਲੀਏ ਫਿਰ ਦੇਖਦੇ ਹਾਂ। ਐਂ ਕਿਹੜਾ ਇਹਨੂੰ ਆਪਾਂ ਧੱਕੇ ਨਾਲ ਤੋਰਦੇ ਹਾਂ। ਮੈਂ ਤਾਂ ਰੀਤ ਤੇਰੇ ਖਾਤਰ ਪੁੱਤ ਤੂੰ ਬਾਹਲਾ ਕਹਿਦਾ ਤਾਂ ਕਰਦੀ, ਹਾਂ ਨਹੀਂ ਮੈਂ ਕਿੱਥੇ ਹਾਂ ਕਰਦੀ ਸੀ, ਨਾਲੇ ਉਹਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ। ਚਲੋ ਕੋਈ ਨਾ ਮੁੰਡੇ ਸਾਹਮਣੇ ਨਾ ਕੁਛ ਬੋਲਿਓ, ਐਵੇਂ ਔਖਾ ਹੋ ਜਾਊਗਾ। ਇੰਨਾ ਟਾਈਮ ਕਿਉਂ ਲਾਤਾ ਜੁੱਤੀ ਉਹਨੇ, ਆਇਆ ਕਿਉਂ ਨਹੀਂ? ਆਉਂਦਾ ਹੋਊਗਾ ਬਾਬੀ। ਆਹੋ ਆਉਂਦਾ ਹੋਣਾ, ਲਿੱਚੀ ਗਲਿੱਚੀਆਂ ਕਰਦਾ। ਮੈਂ ਦੇਖ ਲਾ ਜੀ ਹਜੇ ਤੱਕ ਨਹੀਂ ਆਇਆ, ਟਾਈਮ ਹੈ ਪੁੱਤ ਕੋਈ ਇਹ? ਚਲੋ ਕੋਈ ਨਾ ਮੰਮੀ, ਤੇ ਮਗਰ ਤਾਂ ਲੱਗ ਲਏ ਆਪਾਂ। ਜੋਤੀ ਕਿੰਨਾ ਕੁ ਟਾਈਮ ਲੱਗੂਗਾ? ਆਉਂਦਾ ਹੋਊਗਾ ਭਾਬੀ ਰਾਤ, ਅਸੀਂ ਨਾ ਪੁੱਤ ਵਿਹਲੇ ਨਹੀਂ ਹੈਗੇ, ਫੋਨ ਫਾਨ ਕਰਕੇ ਪੁੱਛ ਲਾ ਕੰਮ ਹੋਰ ਵੀ ਕਰਨੇ ਨੇ। ਆਉਂਦਾ ਹੋਊਗਾ ਮੰਮੀ। ਚਲ ਮੰਮੀ ਬੋਲ ਜਾਂਦੇ ਹੋ ਤੁਸੀਂ, 5 ਮਿੰਟ ਹੋਰ ਦੇ। ਕੋਈ ਨਾ ਸਾਫੀ ਬੋਲਦੇ ਆ, ਸਾਫੀ ਪਾਉਣੇ ਹੈਗੇ ਤੁਸੀਂ ਸਿਆਣੀ ਜਾਂ ਮੱਪੀ ਜਦੋਂ ਸਾਡੇ ਘਰ ਚ। ਮੰਮੀ ਜਦੋਂ ਮੁੰਡਾ ਆਇਆ ਨਾ ਥੋੜੀ ਸ਼ਾਂਤੀ ਰੱਖਿਓ, ਐਵੇਂ ਬੁਰੇ ਲੱਗਾਂਗੇ ਅਗਲੇ ਦੇ ਸਾਹਮਣੇ ਬੋਲਦੇ। ਲੈ ਭਾਬੀ ਭਾਬੀ ਨੇ ਮੰਮੀ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਠੀਕ ਹੈ? ਹਾਂ ਮੰਮੀ।
ਐਂ ਕਰ ਜੋਤੀ ਤੂੰ ਬਣਾ ਚਾਹ ਪਾਣੀ ਤੇ ਮੰਮੀ ਤੁਸੀਂ ਬਾਈ ਨੂੰ ਫੋਨ ਕਰਤਾ ਸੀਗਾ ਆਉਂਦਾ ਨਾ ਬਾਈ ਹਾਂ ਹਾਂ ਆਉਂਦਾ ਕਰਮਜੀਤ ਨਾ ਕਰਿਆ ਸੀ ਫੋਨ ਪਾਣੀ ਪੂਣੀ ਲਿਆ ਦੇ ਹੁਣ ਖੜੀ ਹੋ ਜਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਮੈਂ ਤਾਂ ਜੀ ਵੈਸੇ ਹੁਣ ਤਾਂ ਸਟੱਡੀ ਕਰ ਰਿਹਾ ਸੀਗਾ ਪਰ ਅੱਗੇ ਮੈਂ ਜੋਬ ਲਈ ਟਰਾਈ ਕਰ ਰਿਹਾ 100% ਮੈਨੂੰ ਅੱਗੇ ਜੋਬ ਮਿਲ ਹੀ ਜਾਊਗੀ ਜ਼ਮੀਨ ਜ਼ਮੂਨ ਹੈਗੀ ਆ ਹਾਂ ਜੀ ਹੈਗੀ ਹੈ ਜੀ ਕਿੰਨੀ ਕੁ ਹਾਂ ਜ਼ਮੀਨ ਬਸ 3 ਕਿੱਲੇ ਆ ਜੀ ਆਪਣੇ ਕੋਲ ਚਲੋ ਜਿਹਨੇ ਜ਼ਿੰਦਗੀ ਕੱਟਣੀ ਆ ਜ਼ਮੀਨ ਤਾਂ ਉਹਨੇ ਦੇਖਣੀ ਆ ਆਪਾਂ ਕੀ ਕਰ ਸਕਦੇ ਹਾਂ ਅੱਗੇ ਤੇਰਾ ਬਾਈ ਆਉਂਦਾ ਉਹ ਗੱਲ ਕਰ ਲੂਗਾ ਅੱਛਾ ਆਉਂਦਾ ਹੀ ਆ ਕਰਨੀ ਤਾਂ ਬਾਈ ਕੌਣ ਜੀ ਜੋਤੀ ਦਾ ਭਾਈ ਆ ਹਾਂ ਇਹਦੇ ਚਾਚੇ ਦਾ ਮੁੰਡਾ ਆਏਗਾ ਜੋਤੀ ਦੇ ਅੱਛਾ ਅੱਛਾ ਜੀ ਲੈ ਮੰਮੀ ਬਾਈ ਆ ਗਿਆ ਆ ਗਿਆ ਕਰਮਜੀਤ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਪੁੱਤ ਠੀਕ ਆ ਬਸ ਹੋਰ ਥੋੜਾ ਟਾਈਮ ਲਾਤਾ ਹੋਰ ਬਸ ਇਹ ਕੰਮ ਕਿਵੇਂ ਬੈਠ ਹਾਂ ਬੁਲਾਣਾ ਕਿਵੇਂ ਅਸੰਦਾਰੇ ਨਹੀਂ ਕਰਦਾ ਕਾਕਾ ਮੁੰਡਾ ਇੱਧਰ ਕਰ ਉਰੇ ਬਹਿ ਜਾ ਹੁਣ ਤੇਰੀ ਹਰ ਇੱਕ ਗੱਲ ਮੰਨੀ ਆ ਦੱਸ ਜੋਤੀ ਦੱਸ ਦੇ ਕੀ ਕੀਤਾ ਤੂੰ ਇਹ ਜਾ ਭਾਬੀ ਇਹਨੇ ਆਪਦਾ ਭਾਈ ਮਰਵਾਇਆ ਆਪਣਾ ਉਹ ਕੀ ਬੋਲੂ ਆਪਣਾ ਭਾਈ ਤੂੰ ਸਿਆਣਾ ਕੀ ਹੋ ਰਿਹਾ ਤੈਨੂੰ ਮੇਰੀ ਬੋਲੀ ਕੀ ਜਾਣਾ ਉਹ ਹਾਂ ਭਾਬੀ ਮੈਂ ਸੱਚ ਬੋਲਦਾ ਜੋ ਬੋਲਦਾ ਜੋਤੀ ਅਸੀਂ ਕੀ ਸੁਣਦੇ ਆ ਨਹੀਂ ਭਾਬੀ ਇਦਾਂ ਦਾ ਕੁਝ ਨਹੀਂ ਹੈਗਾ ਹਾਂ ਹਾਂ ਅਜੇ ਕੁਝ ਹੋਇਆ ਹੀ ਨਹੀਂ ਇੰਨਾ ਕੁਝ ਹੋ ਗਿਆ ਆ ਮੈਂ ਕੀ ਪੁੱਛਣੀ ਜਾਂਦੀ ਹੈ ਵੀਰੇ ਮੈਂ ਆਪਦਾ ਭਰਾ ਕਿਵੇਂ ਮਰਾ ਦੂੰਗੀ ਦੇਖ ਲੈ ਛੇੜੇ ਘਰ 'ਚ ਤੇਰੇ ਵਰਗੀਆਂ ਕੁੜੀਆਂ ਹੋਣ ਨਾ ਉਹ ਕਰ ਕੀ ਨਹੀਂ ਸਕਦੀਆਂ ਅਸੀਂ ਤੇਰੇ ਪਿੱਛੇ ਕੀ ਨਹੀਂ ਕੀਤਾ ਕਿੱਥੇ ਕਮੀ ਰਹਿ ਗਈ ਸੀ ਸਾਡੇ ਪਿਆਰ 'ਚ ਮਾਸੀ ਮੈਂ ਦੱਸਦਾ ਤੈਨੂੰ ਉਹਦੇ ਮੈਂ ਜਦੋਂ ਤੈਨੂੰ ਮਿਲ ਕੇ ਗਿਆ ਨਾ ਹਾਂ ਪੁੱਤ ਮੈਂ ਨੰਗੀ ਜਾਂਦਾ ਸੀ ਇਹ ਨਾ ਫੋਨ ਤੇ ਕਿਸੇ ਨਾਲ ਗੱਲਾਂ ਕਰੀ ਜਾਂਦੀ ਸੀ ਉਹ ਤੂੰ ਨਾ ਗੱਲ ਨੂੰ ਸਮਝਿਆ ਕਰ ਤੂੰ ਨਾ ਗੱਲ ਗੱਲ ਤੇ ਅੜੀਆਂ ਨਾ ਕਰਿਆ ਕਰ ਸਮਝੀ ਦਾ ਹੁੰਦਾ ਸਮਝਿਆ ਕਰ ਕੁਛ ਓਏ ਅੜੀਆਂ ਕੌਣ ਕਰਦਾ ਹੈਗਾ ਅੜੀਆਂ ਤਾਂ ਤੂੰ ਕਰਦੀ ਆ ਮੈਂ ਕਿਹੜੀਆਂ ਕੀਤੀਆਂ ਨੇਗੀਆਂ ਮੈਂ ਕਿਹੜੀਆਂ ਕੀਤੀਆਂ ਨਾਲੇ ਹੋਰ ਪਹਿਲਾਂ ਦੇਖ ਲੈ ਐਡਾ ਵੱਡਾ ਸਟੈਪ ਜਾ ਕੇ ਹਟਿਆ ਮੈਂ ਆਪਣੇ ਰਾਹ ਦਾ ਰੋੜਾ ਹਟਾ ਕੇ ਹਟਿਆ ਗਾ ਹੁਣ ਤੂੰ ਫੋਨ ਵੀ ਲਾਉਣੋਂ ਹਟ ਗਈ ਓਏ ਹੁਣ ਤਾਂ ਉਹਦਾ ਭੋਗ ਵੀ ਪੈ ਗਿਆ ਹੋਣਾ ਜ਼ਾਲਮ ਦਾ ਉਹ ਤਾਂ ਮੈਨੂੰ ਪਤਾ ਹੁਣ ਜੇ ਟਾਈਮ ਲੱਗੂਗਾ ਫੇਰ ਹੀ ਆ ਘਰੇ ਕਦੇ ਤਾਂ ਕੋਈ ਆ ਗਿਆ ਕਦੇ ਕੋਈ ਆ ਗਿਆ ਕੋਈ ਆ ਗਿਆ ਨਾਲੇ ਹੋਰ ਤੇਰੇ ਪਿੱਛੇ ਡੇੜੇ ਰਿਸਕ ਲੈਤੇ ਦੇਖ ਤੇਰੇ ਭਰਾ ਨੂੰ ਚਾਕੇ ਮਾਰਿਆ ਨਹਿਰ 'ਚ ਤੇ ਤੇਰੇ ਭਰਾ ਦਾ ਚਾਕੇ ਮੋਟਰਸਾਈਕਲ ਨਹਿਰ ਦੇ ਕੰਢੇ ਰੱਖਤਾ ਤੇ ਤਾਏ ਦਾ ਪਵਾ ਦਾ ਰੌਲਾ ਇਹ ਮੁੰਡਾ ਉਹਨਾਂ ਦਾ ਨਹਿਰ 'ਚ ਛਾਲ ਮਾਰ ਗਿਆ ਇਹ ਕਰਮਜੀਤ ਵਰਗੇ ਤੁਹਾਡੇ ਗਵਾਂਢੀ ਮੂਹਰੇ ਹੋ ਭੱਜੇ ਫਿਰਦੇ ਆ ਚੌੜੇ ਹੋ ਅਸੀਂ ਗੱਲ ਫਲਾਤੀ ਉਹ ਇਹਨਾਂ ਨੂੰ ਕੀ ਗੱਲ ਦਾ ਪਤਾ ਉਹਨੇ ਛਾਲ ਮਾਰੀ ਆ ਕਿ ਚਾਕੇ ਸਿੱਟਿਆ
ਚੱਲ ਕੋਈ ਨਾ, ਹੁਣ ਮੇਰੀ ਗੱਲ ਸੁਣ ਲਾ। ਹਾਂ ਤੂੰ ਪਿੱਛੇ ਹਟਣ ਵਾਲੀ ਗੱਲ ਨਾ ਕਰ, ਠੀਕ ਆ? ਹੁਣ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਹੈਗਾ, ਠੀਕ ਹੈ ਨਾ? ਹਾਂ ਠੀਕ ਆ। ਹਾਂ ਹੁਣ ਆਪਾਂ ਹਰ ਹੀਲੇ ਵਿਆਹ ਕਰਾ ਕੇ ਹਟਾਂਗੇ, ਠੀਕ ਆ? ਹਾਂ ਤੇ ਨਾਲੇ ਫੋਨ ਫਾਨ ਕਰਦੀ ਰਿਹਾ ਕਰ, ਹੁਣ ਕੋਈ ਡਰ ਵੀ ਨਹੀਂ ਹੈਗਾ। ਉਹ ਨਾਲੇ ਪਹਿਲਾਂ ਬੜਿਆ ਰੋਹ ਮਾਰਦਾ ਹੁੰਦਾ ਸੀਗਾ, ਹੁਣ ਰੋਕ ਕੇ ਹਟਾ ਕੇ ਦਿਖਾਵੇ ਮੈਨੂੰ ਗੇੜੇ ਮਾਰਨ ਤੁਹਾਡੀ ਗਲੀਆਂ ਚੋਂ। ਚੱਲ ਕੋਈ ਨਾ, ਤੂੰ ਹੁਣ ਗੇੜੇ ਨਾ ਕਿਤੇ ਮਾਰੇ ਲੱਗ ਦੀ ਸੱਚੀ ਹੋਏ ਤੇ। ਓਏ ਹੁਣ ਗੇੜੀ ਮਾਰਦਾ ਰਹੂੰ, ਠੀਕ ਆ? ਵਿਆਹ ਕਰਾਉਣਾ ਵਿਆਹ, ਠੀਕ ਆ? ਚੰਗਾ ਠੀਕ ਆ, ਕੱਟ ਦੇ ਨਾਲੇ, ਨਾਲੇ ਲੁਕੋ ਕੇ ਰੱਖਿਆ ਕਰ ਫੋਨ ਫਾਨ, ਠੀਕ ਆ? ਠੀਕ ਆ। ਜੇ ਹੁਣ ਵੀਰੇ ਫੋਨ ਤੇ ਗੱਲਾਂ ਕਰਦੇ ਸੀ ਇਹਦਾ ਮਤਲਬ ਇਹ ਤਾਂ ਨੀ ਮੈਂ ਆਪਦਾ ਭਰਾ ਹੀ ਮਰਵਾਤਾ। ਨੀ ਉਸ ਮੁੰਡੇ ਨਾਲ ਨਾ ਬਹਿਸ ਹੁੰਦੀ, ਉਹ ਸਰਪੰਚ ਨੇ ਦੇਖੀ ਆ। ਓਏ ਆ ਜਾ ਯਾਰ ਆ ਜਾ, ਇੰਨਾ ਨਾ ਟਾਈਮ ਲਾਉਂਦਾ ਤੇਰੇ ਵਾਂਗੂ। ਆ ਗਈ ਹੁਣ, ਟਾਈਮ ਲੱਗ ਗਿਆ ਘਰੇ, ਮੈਂ ਰੱਖੀ ਕਰਾਂ ਵੀਰਾ ਘਰੇ ਸੀਗਾ, ਮਸਾਂ ਆਈ ਆ ਮੈਂ ਤਾਂ। ਹੋਰ ਕਿਵੇਂ ਆ ਤੂੰ? ਠੀਕ ਆ? ਮੈਂ ਤਾਂ ਠੀਕ ਆ, ਮੈਨੂੰ ਨਾ ਪੂਰਾ ਪੂਰਾ ਟਾਈਮ ਦੇ ਦਿਆ ਕਰ, ਜੇ ਲੇਟ ਹੀ ਆਉਣਾ ਹੁੰਦਾ ਸਾਰਾ ਭਰ। ਪੂਰਾ ਤਾਂ ਟਾਈਮ ਦਿੱਤਾ ਸੀ, ਹੁਣ ਮੈਂ ਕੀ ਕਰਾਂ, ਘਰੋਂ ਕਿਹੜਾ ਨਿਕਲਣਾ ਸੌਖਾ ਗਾ, ਮਸਾਂ ਆਈ ਆ ਮੈਂ। ਯਾਰ ਮੈਂ ਤਾਂ ਤੇਰੇ ਅੱਗੇ ਪਿੱਛੇ ਐਡੇ ਐਡੇ ਰਿਸਕ ਲੈਂਦਾ ਫਿਰਦਾਗਾ, ਆਹ ਗਲੀ ਦੇ ਵਿੱਚ ਕੋਈ ਨਹੀਂ ਆਉਂਦਾ, ਇੱਥੇ ਤੈਨੂੰ ਹਰ ਵਾਰ ਬੁਲਾਉਣਾ ਗਾ, ਤੂੰ ਇੰਨਾ ਵੀ ਨਹੀਂ ਕਰ ਸਕਦੀ, ਨੇੜੇ ਵੀ ਨਹੀਂ ਆ ਸਕਦੀ। ਨੇੜੇ ਆ ਤਾਂ ਸਕਦੀ ਹਾਂ ਵੀਰਾ, ਘਰੇ ਸੀਗਾ ਮੈਂ ਤਾਂ, ਮਸਾਂ ਆਈ ਆ। ਤੇਰੇ ਵੀਰੇ ਦੀ ਨਾ ਐਸੀ ਜੀ ਤੈਸੀ, ਆ ਤੇਰਾ ਵੀਰਾ ਮੈਨੂੰ 1% ਵੀ ਨਹੀਂ ਚੰਗਾ ਲੱਗਦਾ ਹੈਗਾ, ਜਦੋਂ ਵੀ ਗਲੀ 'ਚ ਲੰਘਦਾ ਨਾ ਮੈਂ ਗੇੜਾ ਗੁੜਾ ਮਾਰਨ, ਸਾਲਾ ਐਂ ਦੇਖਦਾ ਜਿਵੇਂ ਦਾ ਕੁਛ ਦੇਣਾ ਹੁੰਦਾ ਗਾ, ਅੱਖਾਂ ਕੱਢਦਾ ਮੇਰੇ ਵੱਲ, ਅੱਖਾਂ ਇਹਦੀਆਂ ਇਹੀ ਅੱਖਾਂ ਨਾ ਮੈਂ ਕਦੇ ਕੱਢ ਕੇ ਭੁਰਜੀ ਬਣਾ ਕੇ ਖਾ ਜੂਗੀ, ਮੈਂ ਵੱਡਾ ਬਣਿਆ ਫਿਰਦਾ ਬੈਲੀ ਮੇਰੇ ਕੰਮ ਸਾਹਮਣੇ ਦੇਖ ਹੀ ਲੈਂਦਾ ਵੱਡੇ ਵੱਡੇ ਬਹੁਤ ਦਿਨ ਵੱਡੇ। ਉਹ ਚੱਲ ਆਪਾਂ ਸ਼ਹਿਰ ਘੁੰਮਣ ਚੱਲਦੇ ਹਾਂਗੇ, ਐਵੇਂ ਡਰਦੇ ਹੁੰਦੇ ਤੇਰੇ ਭਰਾ ਤੂੰ ਤੋਂ। ਅੱਛਾ ਵੀਰਾ ਕੀ ਹੋਇਆ ਵੀਰੇ, ਤੁਸੀਂ ਤੈਨੂੰ ਕਿੰਨੇ ਵਾਰੀ ਸਮਝਾਤਾ ਸੀਗਾ ਵੀਰੇ, ਹਟ ਜਾ ਇਹਦੇ ਪਿੱਛੇ, ਉਹਨੂੰ ਹਟ ਜਾ ਜੋਤੀ, ਉੜ ਗਏ ਉੜ ਗਏ, ਤੂੰ ਨਾ ਚੁੱਪ ਕਰ ਜਾ, ਤੇਰੀਆਂ ਦੋਨੇ ਲੱਤਾਂ ਤੋੜੂਆਂ ਚ ਘਰੇ ਚੱਲ ਮੜਾ ਆ ਵੀਰੇ, ਤੁਸੀਂ ਐਵੇਂ ਕਾਹਤੋਂ ਗੜੀ ਤੇ ਜਲੂਸ ਕੱਢਿਆਗਾ? ਅੱਛਾ ਮੈਂ ਜਲੂਸ ਕੱਢਦਾ ਗਲੀ ਚ, ਤੇ ਜਿਹੜਾ ਕੁਝ ਤੁਸੀਂ ਕਰੀ ਜਾਂਦੇ ਹੋ ਇਹ ਜਲੂਸ ਨਹੀਂ? ਮੈਨੂੰ ਤਾਂ ਕਰਨ ਦੀ ਲੋੜ ਨਹੀਂ, ਜਿਹਨੂੰ ਪਤਾ ਲੱਗ ਹੀ ਗਿਆ ਨਾ, ਕੋਈ ਗੱਲ ਨਹੀਂ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨਾਲ, ਕੋਈ ਮਜ਼ਾਕ ਨਹੀਂ ਹੈਗਾ ਇਹ। ਤੇਰੀਆਂ ਮੈਂ ਹੁਣੀ ਨਾਲਾਂ ਮਾ ਲੈਦਾ, ਟਿਕ ਜਾ ਕੀ ਲੈਣਾ, ਇੱਥੇ ਵੱਢ ਕੇ ਤੁਰ ਜੂੰ ਤੈਨੂੰ ਮੈਂ, ਮੈਂ ਕਹਿੰਦਾ ਵੀ ਕਾਹਨੂੰ ਪਿੰਡ 'ਚ ਜਲੂਸ ਕੱਢਣਾ, ਚੱਲ ਕੁੜੀ ਤੁਕਰੇ। ਮੈਂ ਨਾ ਜੋਤੀ ਨਾਲ ਵਿਆਹ ਕਰਾਉਣਾ ਹੈਗਾ, ਤੈਨੂੰ ਮੈਂ ਟਿਕ ਰਿਹਾ ਤਾਂ ਮੈਂ ਗੱਲ ਦੱਸ ਦਿੰਦਾ, ਜਿੰਨਾ ਟਾਈਮ ਮੈਂ ਜਾਂਦਾ ਨਾ ਉਨਾ ਟਾਈਮ ਤਾਂ ਤੂੰ ਭੁੱਲ ਜਾ ਮਿੱਤਰਾ, ਆਹਦਾ ਤੇਰੀ ਕਿਸਮਤ ਹੀ ਚੰਗੀ ਆ ਜਿਹੜਾ ਤੈਨੂੰ ਛੱਡ ਕੇ ਚੱਲਿਆ। ਤੇ ਮੈਂ ਵੀ ਜੋਤੀ ਕਰਕੇ ਚੁੱਪ ਹਾਂ, ਇਹ ਤੇਰੇ ਵਰਗੇ ਨੂੰ ਤਾਂ ਮੈਂ ਭੁੱਖੇ ਅੱਗੇ ਖੰਗਾ ਨਹੀਂ ਦਿੰਦਾ ਹੈਗਾ, ਤੇਰੇ ਅੱਗੇ ਨਾ ਮੈਂ ਬਾਸਣਾ ਨਹੀਂ ਨਿਕਲ ਦਿੰਦਾ, ਮਾਰ ਕੇ ਇੱਥੇ ਨੱਪ ਦੂੰ ਮੇਰਾ ਸਾਲਿਆ, ਬਗ ਜਾ ਕੀ ਲੈਣਾ, ਚੱਲ ਕੁੜ ਕੇ। ਕੋਈ ਗੱਲ ਨਹੀਂ, ਤੂੰ ਕਹਿਣਾ ਨਾ ਜੋਤੀ ਨੂੰ ਘਰੇ ਜਾ ਕੇ ਵੱਢੇਗਾ, ਘਰੇ ਜਾ ਕੇ ਤਾਂ ਫੇਰ ਵੱਢੇਗਾ, ਜੇ ਘਰੇ ਜਾਏਗਾ ਮੈਨੂੰ ਵੀ ਲੱਕੀ ਕਿਹਨੇ ਕਹਿਣਾ, ਜੇ ਤੇਰਾ ਘਰੇ ਜਾਣ ਤੋਂ ਪਹਿਲਾਂ ਪਰਦਾ ਫਾਸ ਜਾ ਨਾ ਕਰਿਆ। ਆਇਆ ਵੱਡਾ ਵੱਡੀ, ਤੁਹਾਡੇ ਕੋਲ ਕੀ ਸਬੂਤ ਹੈ ਹਰ ਜਾ? ਕੋਈ ਨਹੀਂ, ਆ ਜਾਂਦੇ ਸਰਪੰਚ ਨੂੰ, ਸਾਰਾ ਸਬੂਤ ਆ ਸਾਡੇ ਕੋਲ। ਚਬਰ ਚਬਰ ਬੋਲਣ ਲੱਗੀ ਪਈਆਂ, ਵੱਡਾ ਛੋਟਾ ਇਹ ਸ਼ਰਮ ਮੰਨ ਲਿਆ ਕਰ, ਤੂੰ ਇਹ ਤਾਂ ਦੇਖਦੀ ਵੀ ਮੇਰਾ ਭਾਈ ਆ ਉਹ, ਤੂੰ ਆਪਦੇ ਭਰਾ ਦਾ ਹੀ ਕਤਲ ਕਰਵਾਤਾ। ਨਹੀਂ ਮਾਰਿਆ ਮੈਂ, ਜੰਮਦੀ ਕਿਉਂ ਨਾ ਮਰ ਗਈ, ਮੈਂ ਆਪਦੇ ਭਰਾ ਦਾ ਕਤਲ ਕਾਹਤੋਂ ਕਰਾਉਂਗੀ? ਮੰਨ ਜਾ, ਇਹਦੀ ਕੀ ਮੰਨਣਾ, ਹਜੇ ਸਾਰਾ ਕੁਝ ਤਾਂ ਹੋ ਗਿਆ, ਹਜੇ ਉਹਨੂੰ ਕਹਿੰਦੀ ਆ ਅੱਗੇ ਮੈਂ ਮੁੰਡੇ ਨੂੰ ਪਸੰਦ ਕਰਦੀ ਆ, ਨਹੀਂ ਤੇ ਜੰਮਦੀ ਕਿਉਂ ਨਾ ਮਰ ਜਾਦੀ, ਤੇਰਾ ਗਲੇ ਹੱਥੀ ਘੁੱਟਦੀ ਮੈਂ, ਆ ਦਿਨ ਦੇਖਣ ਨੂੰ ਨਾ ਮਿਲਦਾ ਮੈਨੂੰ ਅੱਜ। ਮਾਰ ਦੇ ਪੁੱਤੇ ਨੂੰ, ਦੇ ਦੇ ਗਲ ਫਾਹਾ ਇਹਦੇ ਵੀ, ਜਦੇ ਨਾਲ ਭਾਈ ਨਹੀਂ ਛੱਡਿਆ ਇਹ ਤੋਂ ਕੀ ਕਰਾਉਣਾ ਆਪਾਂ। ਮੈਂ ਕਹਿੰਦਾ ਮਸੀ ਇਹਨੂੰ ਵੀ ਘਰੋਂ
ਬਾਹਰ ਹੀ ਕੱਢ ਦਾਂਗੇ ਆਪਾਂ। ਲੈ ਤੁਸੀਂ ਆਏ ਕਿਵੇਂ ਮੈਨੂੰ ਘਰੋਂ ਬਾਹਰ ਕੱਢ ਦੋਗੇ? ਹਜੇ ਕਹਿੰਦੀ ਕਿ ਮੈਨੂੰ ਘਰੋਂ ਕਿਵੇਂ ਕੱਢ ਦੋਗੇ? ਪਹਿਲਾਂ ਮੈਨੂੰ ਇਹ ਦੱਸ ਮੇਰੇ ਪੁੱਤ ਨੂੰ ਮਰਵਾਇਆ ਕਾਹਦੇ ਪਿੱਛੇ ਆ? ਕੀ ਗੱਲ ਸੀ? ਹੁਣ ਗੂੰਗੀ ਕਿਉਂ ਬਣ ਰਹੀ ਹੈ? ਦੱਸ ਜੋਤੀ ਇਹ ਸਭ ਕੁਝ ਕੀਤਾ ਕਿਉਂ ਤੂੰ? ਬੋਲ ਹੁਣਾ। ਸਰਪੰਚ ਉਹ ਇੱਕ ਦਿਨ ਨਾ ਅਸੀਂ ਖੜੇ ਸੀਗੇ, ਮੈਂ ਤੇ ਉਹ, ਅਸੀਂ ਦੋਨੇ ਖੜੇ ਸੀਗੇ ਤੇ ਉਹ ਸਾਨੂੰ ਨਾ ਵੀਰੇ ਨੇ ਦੇਖ ਲਿਆ ਰਾਹ ਚੋਂ। ਉਹ ਵੀਰਾ ਬਹੁਤ ਉਹ ਗੁੱਸਾ ਦੇ ਕਰਨ ਲੱਗ ਗਿਆ, ਲੜਨ ਲੱਗ ਗਏ ਉਹ। ਬਸ ਉਹ ਕਹਿੰਦਾ ਮੈਂ ਤੁਹਾਡਾ ਵਿਆਹ ਨਹੀਂ ਹੋਣ ਦੇਣਾ, ਇਸ ਕਰਕੇ ਬਸ ਅਸੀਂ ਵੀਰਾ ਮਰਵਾ ਤਾ। ਨੀ ਉਹਨੇ ਤੈਨੂੰ ਮਾਰਨਾ ਸੀ, ਆਪ ਕਾਹਨੂੰ ਮਰਿਆ? ਇਹਨੇ ਕੁੱਟਣਾ ਸੀ ਗਾਲਾ। ਸਮਝ ਨਹੀਂ ਆਉਂਦੀ ਭਾਈ, ਤੁਸੀਂ ਹਜੇ ਵੀ ਨਹੀਂ ਕਰੋ ਭਾਈ ਬੈਠਿਆ। ਇਹਨੂੰ ਕੁੱਟਣਾ ਸੀ ਇਹਦਾ ਗਾਲਾ। ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਇਹਨੂੰ ਘਰੋਂ ਕਿਵੇਂ ਵਾਹੀ ਬੈਠਿਆ ਹੋ। ਇਹ ਇੱਕ ਬੰਦੇ ਨੂੰ ਘਰੇ ਰੱਖੀਦਾ ਹੁੰਦਾ, ਇਹਨੂੰ ਬਾਹਰ ਕੱਢੋ। ਨਾ ਤੂੰ ਪੁੱਛਦੀ ਸੀ ਨਾ ਜੋਤੀ ਵੀ ਤੁਹਾਡੇ ਕੋਲ ਕੀ ਸਬੂਤ ਹੈ? ਆਹ ਸਰਪੰਚ ਸਾਹਿਬ ਬੈਠੇ ਆ, ਇਹਨਾਂ ਨੇ ਸਾਰਾ ਕੁਝ ਦੇਖਿਆ ਉਹਦੇ। ਸਾਰਾ ਦੇਖਿਆ? ਮੈਨੂੰ ਕੀ ਪਤਾ ਸੀਗਾ ਵੀ ਉਦੋਂ ਬਾਅਦ ਇਹ ਐਂ ਪਲਾਨ ਬਣਾ ਲੈਣਗੇ, ਉਹਨੂੰ ਮਾਰ ਹੀ ਦੇਣਗੇ। ਮੈਨੂੰ ਤਾਂ ਐਂ ਚੱਲ ਦਾ ਭਰਾ ਗਿਆ ਨੂੰ ਸਮਝਾਈ ਜਾਂਦਾ, ਇਹ ਸਮਝ ਜੋ। ਚੱਲ ਖੜੀ ਹੋ। ਚੰਗਾ ਤਾਂ ਚੌਂਦੀ ਮਰਦਾਂ ਦੀ। ਦੇਖੇ ਤੁਸੀਂ ਆਏ ਨਾ ਕਰੋ, ਮੈਂ ਜਾਊਂਗੀ ਕਿੱਥੇ? ਇੱਕ ਮੌਕਾ ਦੇ ਦਿਓ। ਮੇਰੀ ਗੱਲ ਸੁਣਾ, ਇੱਕ ਮੌਕਾ ਹੈ, ਤੂੰ ਕੰਮ ਨਹੀਂ ਕੀਤਾ, ਇਹ ਤੈਨੂੰ ਇੱਕ ਮੌਕਾ ਹੀ ਮਿਲ ਜਾਂਦਾ, ਤੂੰ ਤਾਂ ਉਹਨੂੰ ਜਾਨੋਂ ਹੀ ਮਾਰਦਾ, ਹਜੇ ਕਹਿੰਦੀ ਇੱਕ ਮੌਕਾ। ਦੇਖੇ ਮੈਂ ਜਾਊਂਗੀ ਕਿਤੇ ਹੁਣ। ਇਹ ਗੱਲ ਤੂੰ ਪਹਿਲਾਂ ਸੋਚਣੀ ਸੀ ਵੀ ਮੈਂ ਕੰਮ ਕਰਦੀ ਕੀ ਆ ਤੇ ਕੱਲ ਨੂੰ ਮੇਰੇ ਤੇ ਕੀ ਹੋਊਗਾ। ਮੈਨੂੰ ਮਾਫ ਕਰ ਦਿਓ, ਦੇਖੇ ਹੁਣ ਮੈਂ ਕਿੱਥੇ ਜਾਊਂਗੀ? ਐ ਨਾ ਕਰੋ ਤੁਸੀਂ, ਇੱਕ ਵਾਰੀ ਵੀ ਐ ਸੋਚੇ ਵੀ ਮੇਰੀ ਭਾਬੀ ਕਿੱਥੇ ਜਾਊਗੀ। ਉਹ ਤੇਰਾ ਭਰਾ ਸੀ ਸਕਾ, ਉਹ ਵੀ ਕਿੱਡੀ ਵੱਡੀ ਗਲਤੀ ਕੀਤੀ ਆ। ਭਾਬੀ ਮੈਨੂੰ ਮਾਫ ਕਰ ਦੇ, ਦੇਖੀ ਮੈਨੂੰ, ਮੈਂ ਕਿੱਥੇ ਜਾਊਂਗੀ? ਜਾ ਜਾ, ਜਿਹਦੇ ਪਿੱਛੇ ਦਾ ਭਾਈ ਮਰਵਾਇਆ ਉਹਦੇ ਕੋਲੇ ਜਾ ਹੁਣ। ਲੈ ਮੰਮੀ ਉਹ ਤਾਂ ਭੱਜ ਗਿਆ, ਉਹ ਤਾਂ ਹੁਣ ਫੋਨ ਵੀ ਨਹੀਂ ਚੱਕਦਾ। ਤੁਸੀਂ ਐ ਨਾ ਕਰੋ, ਦੇਖੀ ਮੈਂ ਕਿੱਥੇ ਜਾਊਂਗੀ ਹੁਣ। ਅਸੀਂ ਕਰਦੇ ਕੀ ਐ, ਤੇਰਾ ਪਰਿਵਾਰ ਤੇਰੇ ਨਾਲ ਕੀ ਕਰਦਾ? ਕੁਛ ਵੀ ਨਹੀਂ ਕੀਤਾ ਹਜੇ ਤੱਕ। ਇਹ ਤਾਂ ਚੰਗੇ ਆ ਜਿਹੜੇ ਤੈਨੂੰ ਘਰੇ ਰੱਖੀ ਬੈਠੇ ਆ, ਇਹਦਾ ਧੱਕੇ ਮਾਰ ਮਾਰ ਕੱਢਿਆ ਹੁੰਦਾ। ਨਾਲੇ ਐਡੇ ਵੱਡੇ ਗੁਨਾਹ ਦੀ ਨਾ ਮਾਫੀ ਨਹੀਂ ਹੁੰਦੀ। ਵੀਰੇ ਮਾਫ ਕਰ ਦੇ, ਦੇਖੀ ਮੈਂ ਕਿੱਥੇ ਜਾਊਂਗੀ। ਇਹ ਤੋਂ ਪਹਿਲਾਂ ਵੀ ਇੱਥੇ ਪੁਲਿਸ ਨੂੰ ਬੁਲਾਈਏ ਤੇ ਜਾ। ਮੈਂ ਕੱਢ ਪੁੱਤ, ਇਹ ਤੋਂ ਕੀ ਕਰਾਉਣਾ ਆਪਾਂ? ਜਿਹੜੀ ਅਸੀਂ ਭਾਈ ਦੀ ਨਹੀਂ ਬਣੀ ਉਹ ਆਪਣੀ ਕਿੱਥੇ ਬਣ ਜਾਊਗੀ? ਕੱਲ ਨੂੰ ਤੈਨੂੰ ਖਪਾ ਦੂਗੀ ਮਾਰ ਕੇ। ਇਹਨੇ ਚੰਗਾ ਨਹੀਂ ਕੀਤਾ, ਜਿਹੜਾ ਕੀਤਾ ਨਾ ਬਹੁਤ ਗਲਤ ਕੀਤਾ। ਭੈਣਾਂ ਤਾਂ ਭਰਾਵਾਂ ਦੀ ਰੱਖੜੀ ਬੰਨਦੀਆਂ ਹੁੰਦੀਆਂ, ਇਹਨੇ ਦੇਖ ਕੇ ਇਹਦੀ ਰੱਖੜੀ ਬੰਨੀ ਆ। ਐਂ ਜੀ ਕਰਦਾ ਇਹਦਾ ਗਲ ਘੁੱਟ ਦੇ, ਸਮਝ ਨਹੀਂ ਆਉਂਦੇ ਕਰਾਂ ਤਾਂ ਕੀ ਕਰਾਂ। ਕੋਈ ਗੱਲ ਨਹੀਂ ਭਾਈ, ਤੁਸੀਂ ਚੱਲੋ ਘਰੇ, ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ, ਵਾਪਸ ਨਹੀਂ ਆਉਂਦਾ, ਪਰ ਇਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਸਜ਼ਾ ਕੀ ਪੁੱਤ, ਜਾ ਵੀ ਗਈ ਨਾ, ਵੀਰੇ ਨਹੀਂ ਚੜ੍ਹਨ ਦੇਣੀ। ਆਊ ਕਿਉਂ ਭਾਈ? ਆ ਜਾਓ, ਇਹਨੇ ਚੰਗਾ ਨਹੀਂ ਕੀਤਾ। ਬੋਲੀ ਮੱਤੀ ਆ ਜਾਓ।